ਅੱਜ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਅੰਮ੍ਰਿਤਸਰ ਦੇ ਗੁਰੂ ਕੇ ਵਡਾਲੀ ਦੀਆਂ, ਉਸ ਪਾਟੀ ਸਿੰਘ ਦੀਆਂ, ਜਿਹੜੇ ਕਿ ਹਾਲਾਤ ਵੱਧ ਤੋਂ ਬਦਤਰ ਨੇ। ਗੁਰੂ ਦੇ ਵਜ਼ੀਰ ਅਸੀਂ ਕਹਿੰਦੇ ਹਾਂ ਪਾਟੀ ਸਿੰਘ ਨੂੰ, ਪਰ ਸਿਰਫ ਨਾਂ ਦੇ ਹੀ। ਤਸਵੀਰਾਂ ਵਿਖਾਵਾਂਗੇ ਤੁਹਾਨੂੰ ਤਰਸਯੋਗ ਹਾਲਾਤ ਨੇ ਵੀ ਪਾਟੀ ਸਿੰਘ ਉਹ ਆਪਣੇ ਇਲਾਜ ਜੋਗੇ ਪੈਸੇ ਹੈ ਨਹੀਂ ਆ। ਇਹ ਸਾਡੇ ਪਾਟੀ ਸਿੰਘਾਂ ਦਾ ਹਾਲਾਤ ਹੈ। ਮੈਂ ਇਹਦੇ ਨਾਲ ਗੁਰਦੁਆਰਾ ਸਾਹਿਬ ਡਿਊਟੀ ਕਰਦਾ ਰਿਹਾ, ਤੁਹਾਨੂੰ ਪਹਿਲਾਂ ਦੱਸਿਆ ਸਾਢੇ 3-4 ਹਜ਼ਾਰ ਰੁਪਇਆ ਬਣਦਾ ਰਿਹਾ, ਅਤੇ ਇੰਨੇ ਕੁ ਪੈਸਿਆਂ ਦੇ ਵਿੱਚ ਘਰ ਦਾ ਸਰਕਾ ਚਲਾਉਣਾ ਬਹੁਤ ਜ਼ਿਆਦਾ ਔਖਾ ਸੀਗਾ। ਅਤੇ ਜਿੱਥੇ ਡਿਊਟੀ ਕਰਦੇ ਕਿਸੇ ਨੇ ਬਾਣੀ ਫੜੀ, ਲੋਕਲ ਗੁਰਦੁਆਰਿਆਂ ਦੇ ਨਾਲ ਸੰਪਰਕ ਰੱਖਿਆ ਸੀਗਾ, ਉਹਨਾਂ ਨਾਲ ਕਦੀ ਸੁਣੀ ਸਾਹਿਬ ਕਰ ਲਿਆ, ਅਖੰਡ ਪਾਠ ਸਾਹਿਬ ਕਰ ਲਿਆ, ਇੱਦਾਂ ਡਿਊਟੀ ਕਰ ਲਈ। ਅਤੇ ਉਹਦੇ ਮੁਤਾਬਕ ਚਲੋ ਬਾਹਰੋਂ ਕੋਈ ਆ ਜਾਣਾ ਅਤੇ ਰੋਟੀ ਪਾਣੀ ਬੱਚਾ ਖਾ ਲੈਣਾ। ਲੱਤ ਟੁੱਟਣ ਤੋਂ ਬਾਅਦ ਮੇਰਾ ਹਫ਼ਤਾ ਮੈਂ ਇੱਥੇ ਘਰ ਪਿਆ ਰਿਹਾ, ਕਿਸੇ ਰਿਸ਼ਤੇਦਾਰ ਨੇ, ਕਿਸੇ ਨੇ ਸਾਕ ਸੰਬੰਧੀ ਨੇ ਕੋਈ ਬਾਣੀ ਜੋ ਫੜੀ। ਬਾਕੀ ਰਹੀ ਗੱਲ ਘਰ ਦੇ ਗੁਜ਼ਾਰੇ ਦੀ, 150 ਰੁਪਏ ਦੇ ਵਿੱਚ ਕੀ ਹੋਊਗਾ, ਬੱਚਿਆਂ ਦੀ ਪੜ੍ਹਾਈ ਹੋ ਸਕਦੀ, ਨਹੀਂ ਹੋ ਸਕਦੀ। ਬੱਚਿਆਂ ਦਾ ਘਰ ਦਾ ਸਰਕਲ ਜਿਹੜਾ, ਘਰ ਦਾ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਜਿਹੜਾ ਛਕਣਾ, ਉਹ ਬਹੁਤ ਮੁਸ਼ਕਲ ਆ ਜੀ। ਪੁੱਛਿਆ ਨਹੀਂ ਆ ਕੇ ਕਦੀ ਕਿਸੇ ਨੇ ਵੀ ਭਾਈ ਡਿਊਟੀ 'ਤੇ ਨਹੀਂ ਆ ਰਿਹਾ, ਕੀ ਗੱਲਬਾਤ ਆ, ਮੁਸ਼ਕਲ ਕੀ ਹੋ ਗਈ ਆ, ਠੀਕ ਹੈਗਾ ਕਦੀ ਸਾਰ ਲਈ ਆ ਗਏ। ਮਗਰ ਘਰ ਤਾਂ ਕਰਕੇ ਨਹੀਂ ਕੋਈ ਆਇਆ, ਉਹਨਾਂ ਨੂੰ ਪਤਾ ਘਰ ਜਾਵਾਂਗੇ ਕਿਤੇ ਕਿ ਪੁੱਛਣ ਵਾਲਾ ਪੈ ਜਾਵੇ, ਕਿਤੇ ਮਦਦ ਨਾ ਅਗਲਾ ਵੰਗਾਰ ਨਾ ਕਿਤੇ ਕੋਈ ਪਾ ਦੇ ਕਿ 100-150 ਰੁਪਇਆ ਦੇ ਜਾਂ। ਅਤੇ ਮੈਨੂੰ ਭਾਈ ਬਲਵਿੰਦਰ ਸਿੰਘ ਵੀ ਪਤਾ ਲੱਗਾ ਵੀ ਜਦੋਂ ਤੁਸੀਂ ਮੰਜੇ 'ਤੇ ਪਏ ਸੀ, ਕਹਿੰਦੇ ਘਰ 'ਚ ਖਾਣ ਨੂੰ ਰਾਸ਼ਨ ਤੱਕ ਨਹੀਂ ਸੀ, ਆਟਾ ਤੱਕ ਨਹੀਂ ਸੀ, ਕਹਿੰਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਖਾਂਦੇ ਰਹੇ ਆ ਬੱਚੇ, ਜਾਂ ਤੁਹਾਡੇ ਵਾਸਤੇ ਲਿਆਉਂਦੇ ਵੀ ਰਹੇ ਆ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਪਰ ਜਿਸ ਹਾਲਾਤਾਂ 'ਚੋਂ ਜਾਂ ਜਿਸ ਸਮੇਂ 'ਚੋਂ ਮੈਂ ਗੁਜ਼ਾਰਿਆ, ਇਹਦੇ ਮੁਤਾਬਕ ਇਹ ਨਵੀਂ ਪਨੀਰੀ ਜਿਹਦੇ ਵਿੱਚੋਂ ਇਸ ਲਾਈਨ 'ਚ ਕਿਸੇ ਨੂੰ ਕੋਈ ਪਾਏਗਾ ਨਹੀਂ। ਕਿਉਂਕਿ ਮੈਂ ਮੰਨ ਲਓ ਫਰਜ਼ ਕਰੋ ਜਿਸ ਤਰ੍ਹਾਂ ਮੈਂ ਜਿਹੜਾ ਸਮਾਂ ਆਪਣੇ ਸਰੀਰ 'ਤੇ ਚੱਲਿਆ, ਮੇਰੇ ਵੱਲ ਵੇਖ ਕੇ ਕੋਈ ਮੇਰੇ ਪਰਿਵਾਰ 'ਚੋਂ ਆਖੇਗਾ ਕਿ ਅਸੀਂ ਇਸ ਲਾਈਨ 'ਤੇ ਚੱਲੀਏ? ਮਾੜੇ ਤੋਂ ਕੋਈ ਵੀ ਕੰਮ ਕਰ ਲਓ, 200-400-500 ਰੁਪਇਆ ਦਿਹਾੜੀ ਆ। ਉਹਨਾਂ ਨੂੰ ਮਨ 'ਚ ਇੱਕੋ ਹੀ ਗੱਲ ਆ, ਵਾਰ ਵਾਰ ਆਉਂਦੀ ਹੈ, ਵੇਖੋ ਜੀ ਬਾਬੇ ਆ ਨਾ ਚਿੱਟੇ ਕੱਪੜੇ ਪਾਏ ਆ, ਪਤਾ ਨਹੀਂ ਕੀ ਗੁਰਦੁਆਰੇ ਦੀ ਕਮਾਈ, ਖਾ ਸ਼ਾਇਦ ਉਹ ਹੀ ਖਾਈ ਜਾ ਰਿਹਾ, ਖਰੇ ਗੁਰਦੁਆਰੇ ਦਾ ਇੰਨਾ ਚੜਾਵਾ ਹੈ ਜੀ, ਇਹ ਬਾਬਿਆਂ ਦਾ ਹੀ ਆ ਜੀ। ਮਗਰ ਉਹਨਾਂ ਨੂੰ ਇੱਥੋਂ ਤੱਕ ਨੌਲੇਜ ਨਹੀਂ ਗਿਆ, ਜਿਹੜਾ ਜੋ ਵੀ ਆ ਕਮੇਟੀਆਂ ਲੈ ਰਹੀਆਂ ਨੇ। ਮੇਰਾ ਸਮਾਂ ਬੀਤ ਰਿਹਾ ਨਾ, ਮੇਰੇ ਵੱਲ ਜੋ ਮੇਰੇ ਹਾਲਾਤ ਨੇ, ਮੇਰੇ ਹਾਲਾਤਾਂ ਵੱਲ ਵੇਖ ਕੇ ਮੈਂ ਤਾਂ ਕੋਈ ਵੀ ਨਹੀਂ ਇਸ ਲਾਈਨ 'ਚ ਬੱਚਿਆਂ ਨੂੰ ਪਾਏਗਾ ਜੀ। ਅਤੇ ਉਹ ਮੇਰੇ ਸਾਹਮਣੇ ਨਹੀਂ ਕਰਦੇ ਕਿ ਡੈਡੀ ਨੂੰ ਜਾਂ ਸਾਡੇ ਡੈਡੀ ਜਾਂ ਪਿਤਾ ਜੀ, ਇਹਨਾਂ ਨੂੰ ਕੋਈ ਮੁਸ਼ਕਲ ਦੇ ਵਿੱਚ ਤਾਂ ਹੈ ਹੀ ਨਹੀਂ, ਹੋਰ ਟੈਨਸ਼ਨ ਨਾ ਲੈਣ ਜਾਂ ਕਿਸ ਤਰ੍ਹਾਂ ਕਰਕੇ ਮੁਸ਼ਕਲ ਨਾ ਵਧੇ, ਮਗਰ ਉਹ ਆਪਣੇ ਦਿਲ 'ਤੇ ਤਾਂ ਝੱਲ ਹੀ ਰਹੇ ਨੇ। ਜਦੋਂ ਪਾਠੀ ਸਿੰਘਾਂ ਦੇ ਜਾਂ ਬਾਬਿਆਂ ਦੇ ਗੱਲ ਆਉਂਦੀ ਆ, ਉੱਥੇ ਆਣ ਕੇ ਲੋਕ ਚਿੱਠੀ ਵੱਟ ਜਾਂਦੇ ਆ ਜੀ, ਜਾਂ ਉਹਨਾਂ ਦੀ ਗਲਤ ਫਹਿਮੀ ਲਾ ਲਓ ਜਾਂ ਐਂ ਲਾ ਲਓ ਕਿ ਬਾਬੇ ਗੁਰਦੁਆਰੇ ਆਏ ਆ, ਉਹ ਖਾ ਕੇ ਆਹ ਲੈ ਗਏ, ਪਰ ਐਸਾ ਕੁਝ ਨਹੀਂ ਆ। ਉਹ ਸਭ ਕੋਈ ਕਮੇਟੀਆਂ ਨੂੰ ਜਾ ਰਿਹਾ, ਜਿਹੜਾ ਅੱਗੇ ਪ੍ਰਬੰਧਕਾਂ ਜਾਂ ਸੇਵਾਦਾਰ ਨੇ ਜਾਂ ਪਾਠੀ ਸਿੰਘ ਨੇ, ਕੋਈ ਵੀ ਉਹਨਾਂ ਕੋਲ ਤੱਕ ਨਹੀਂ ਪਹੁੰਚ ਰਿਹਾ ਜੀ ਪੂਰਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ, ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਅੱਜ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਅੰਮ੍ਰਿਤਸਰ ਦੇ ਗੁਰੂ ਕੇ ਵਡਾਲੀ ਦੀਆਂ, ਉਸ ਪਾਠੀ ਸਿੰਘ ਦੀਆਂ, ਜਿਹੜੇ ਕਿ ਹਾਲਾਤ ਵੱਧ ਤੋਂ ਬਦਤਰ ਨੇ। ਗੁਰੂ ਦੇ ਵਜ਼ੀਰ ਅਸੀਂ ਕਹਿੰਦੇ ਹਾਂ ਪਾਠੀ ਸਿੰਘ ਨੂੰ, ਪਰ ਸਿਰਫ ਨਾਂ ਦੇ ਹੀ। ਤਸਵੀਰਾਂ ਵਿਖਾਵਾਂਗੇ ਤੁਹਾਨੂੰ ਤਰਸਯੋਗ ਹਾਲਾਤ ਨੇ
ਵੀ ਪਾਠੀ ਸਿੰਘ ਉਹ ਆਪਣੇ ਇਲਾਜ ਜੋਗੇ ਪੈਸੇ ਹੈ ਨਹੀਂ ਆ। ਇਹ ਸਾਡੇ ਪਾਠੀ ਸਿੰਘਾਂ ਦਾ ਹਾਲਾਤ ਹੈ। ਸਭ ਤੋਂ ਪਹਿਲਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਇਹ ਜਿਹੜੇ ਮੰਜੇ 'ਤੇ ਪਏ ਨੇ ਸਰਦਾਰ ਬਲਵਿੰਦਰ ਸਿੰਘ, ਜਿਹੜੇ ਕਿ ਪਾਠੀ ਸਿੰਘ ਨੇ, ਗੁਰੂ ਕੇ ਵਜ਼ੀਰ ਨੇ, ਪਿਛਲੇ ਲੰਬੇ ਸਮੇਂ ਤੋਂ ਪਾਠ ਕਰਨ ਦੀ ਸੇਵਾ ਨਿਭਾ ਰਹੇ ਨੇ। ਪਰ ਅੱਜ ਹਾਲਾਤ ਦੇਖ ਲਓ, ਇੱਕ ਐਕਸੀਡੈਂਟ ਹੋ ਜਾਂਦਾ ਜਿਨ੍ਹਾਂ ਕਰਕੇ ਉਹਨਾਂ ਦੀ ਲੱਤ ਟੁੱਟ ਜਾਂਦੀ ਆ। ਇੱਕ ਹਫ਼ਤਾ ਘਰ ਰਹਿੰਦੇ ਨੇ ਇਲਾਜ ਖਣੋਂ, ਕਿਉਂਕਿ ਪੈਸੇ ਹੈ ਨਹੀਂ ਸੀ। ਇੱਕ ਹਫ਼ਤੇ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਹੋਈ, ਵੀਰ ਨੇ ਬਾਂਹ ਫੜੀ, ਫਿਰ ਜਾ ਕੇ ਹਸਪਤਾਲ ਜਾ ਕੇ ਇਲਾਜ ਕਰਾਇਆ। ਅਤੇ ਮੈਨੂੰ ਲੱਗਦਾ ਵੀ ਜੇਕਰ ਉਹ ਪਰਿਵਾਰ ਜਾਂ ਉਹ ਸੰਸਥਾ ਨਾ ਗਾੜੀ ਆਉਂਦੀ ਤਾਂ ਸ਼ਾਇਦ ਇਲਾਜ ਖਣੋਂ ਵੀ ਰਹਿ ਜਾਂਦੀ। ਸਾਰੀ ਗੱਲਬਾਤ ਵੀ ਕਰਾਂਗੇ ਬਲਵਿੰਦਰ ਸਿੰਘ ਦੇ ਨਾਲ, ਪੁੱਛਾਂਗੇ ਸਾਰੀ ਕਿਸ ਤਰ੍ਹਾਂ ਦੇ ਹਾਲਾਤ ਰਹੇ ਨੇ। ਬਲਵਿੰਦਰ ਸਿੰਘ ਜੀ, ਕਿਸ ਤਰ੍ਹਾਂ ਦੇ ਹਾਲਾਤ ਰਹੇ ਨੇ, ਕਿੱਥੇ ਡਿਊਟੀ ਕਰਦੇ ਸੀ ਪਾਠੀ ਸਿੰਘ ਦੀ, ਕਿੰਨੇ ਪੈਸੇ ਲੈਂਦੇ ਸੀ, ਕਿੰਨੀ ਦਿਹਾੜੀ ਲੈਂਦੇ ਸੀ, ਦਰਸ਼ਕਾਂ ਨੂੰ ਸਾਂਝਾ ਕਰ ਦਿਓ। ਮੈਂ ਜਿਵੇਂ ਗੁਰਦੁਆਰਾ ਸਾਹਿਬ ਡਿਊਟੀ ਕਰਦਾ ਰਿਹਾ, ਤੁਹਾਨੂੰ ਪਹਿਲਾਂ ਦੱਸਿਆ 3-4 ਹਜ਼ਾਰ ਰੁਪਈਆ ਬਣਦਾ ਰਿਹਾ। ਅਤੇ ਇੰਨੇ ਕੁ ਪੈਸਿਆਂ ਦੇ ਵਿੱਚ ਘਰ ਦਾ ਸਰਕਲ ਚਲਾਉਣਾ ਬਹੁਤ ਜ਼ਿਆਦਾ ਔਖਾ ਸੀਗਾ। ਜਿੰਨਾ ਕੁ ਮੰਨ ਲਓ ਕਿ 4 ਹਜ਼ਾਰ ਦੇ ਵਿੱਚ ਕੋਈ ਵੀ ਆਪਣਾ ਦਾਵਾ ਲਾ ਸਕਦਾ ਵਾ। ਕਿ 3 ਬੱਚੇ ਨੇ, 5 ਮੈਂਬਰ ਹੈ ਨਹੀਂ ਸਾਰੇ ਪਰਿਵਾਰ ਦੇ, ਅਤੇ ਮਗਰ ਇਹ ਕਮਾਈ ਦਾ ਜ਼ਰੀਆ ਕੋਈ ਨਹੀਂ। ਮੈਂ ਇਕੱਲਾ ਹੀ ਡਿਊਟੀ ਕਰਦਾ ਸੀ, ਅਤੇ ਜਿੱਥੇ ਡਿਊਟੀ ਕਰਦੇ ਕਿਸੇ ਨੇ ਬਾਣੀ ਫੜੀ। ਲੋਕਲ ਗੁਰਦੁਆਰਿਆਂ ਦੇ ਨਾਲ ਸੰਪਰਕ ਰੱਖਿਆ ਸੀਗਾ, ਉਹਨਾਂ ਨਾਲ ਕਦੀ ਸੋਹਣੀ ਸਾਹਿਬ ਕਰ ਲਿਆ, ਅਖੰਡ ਪਾਠ ਸਾਹਿਬ ਕਰ ਲਿਆ, ਇੱਦਾਂ ਡਿਊਟੀ ਕਰ ਲਈ। ਅਤੇ ਉਹਦੇ ਮੁਤਾਬਕ ਚਲੋ ਬਾਹਰੋਂ ਕੋਈ ਆ ਜਾਣਾ ਅਤੇ ਰੋਟੀ ਪਾਣੀ ਬੱਚਾ ਖਾ ਲੈਣਾ। ਅਤੇ ਲੱਤ ਟੁੱਟਣ ਤੋਂ ਬਾਅਦ ਮੇਰਾ ਹਫ਼ਤਾ ਮੈਂ ਇੱਥੇ ਘਰ ਪਿਆ ਰਿਹਾ। ਕਿਸੇ ਰਿਸ਼ਤੇਦਾਰ ਨੇ, ਕਿਸੇ ਨੇ ਸਾਕ ਸੰਬੰਧੀ ਨੇ ਕੋਈ ਬਾਣੀ ਜੋ ਫੜੀ। ਦਿਹਾੜੀ 4 ਹਜ਼ਾਰ ਦੇ ਹਿਸਾਬ ਨਾਲ 150 ਰੁਪਈਆ ਲਾ ਲਓ, 125-150 ਰੁਪਈਆ। ਕੀ ਲੱਗਦਾ ਵੀ 150-125 ਦੇ ਨਾਲ ਪਰਿਵਾਰ ਦਾ ਗੁਜ਼ਾਰਾ ਹੋ ਜੂਗਾ? ਕਿਉਂਕਿ ਟਾਈਮ ਵੀ ਕੱਢਣਾ ਆਉਂਦਾ ਵਾ, ਜਾ ਕੇ ਪਾਠ ਵੀ ਕੱਢਣਾ ਆਉਂਦਾ। ਕਦੀ ਕਿਹਾ ਨਹੀਂ ਵੀ ਭਾਈ ਮੇਰੀ ਤਨਖਾਹ ਵਧਾ ਦਿਉ, ਮੇਰੇ ਘਰ ਦੇ 5 ਜੀ ਖਾਣ ਵਾਲੇ ਨੇ, ਇਕੱਲਾ ਮੈਂ ਕਮਾਉਣ ਵਾਲਾ ਵਾਂ। ਕਦੀ ਕਿਹਾ ਨਹੀਂ ਜਾ ਕੇ ਕਦੇ ਇਹਨਾਂ ਨੂੰ? ਵੇਖੋ ਜੀ, ਬਹੁਤ ਜ਼ਿਆਦਾ ਕਿਹਾ। ਮੈਂ ਇਕੱਲੇ ਨਹੀਂ, ਮੇਰੇ ਵਰਗੇ ਹੋਰ ਵੀ ਕਈ ਭਰਾ ਨੇ ਜਿਹੜੇ ਇਸੇ ਹੀ ਲਾਈਨ 'ਚੋਂ ਗੁਜ਼ਰ ਚੁੱਕੇ ਨੇ, ਇਸੇ ਸਮੇਂ 'ਚੋਂ ਗੁਜ਼ਰ ਚੁੱਕੇ ਜਾਂ ਗੁਜ਼ਰ ਰਹੇ ਨੇ। ਪਰ ਕੋਈ ਨਹੀਂ ਬਾਂਹ ਫੜਦਾ, ਨਾ ਉਹ ਕਰਦੇ ਹੀ ਆ। ਅੱਜ ਕਰਦੇ ਨੇ, ਕੱਲ੍ਹ ਕਰਦੇ ਨੇ, ਕਰਦੇ ਹਾਂ ਕਮੇਟੀ ਨਾਲ ਗੱਲ ਕਰਦੇ ਹਾਂ, ਮੈਂਬਰਾਂ ਨਾਲ ਗੱਲ ਕਰਦੇ ਹਾਂ, ਬਸ ਇਸ ਤਰ੍ਹਾਂ ਹੀ ਸਮਾਂ ਲੰਘਾਈ ਜਾ ਰਿਹਾ। ਅਤੇ ਬਾਕੀ ਰਹੀ ਗੱਲ ਕਰਦੇ ਗੁਜ਼ਾਰੇ ਦੀ, 150 ਰੁਪਈਏ ਦੇ ਵਿੱਚ ਕੀ ਹੋਊਗਾ? ਬੱਚਿਆਂ ਦੀ ਪੜ੍ਹਾਈ ਹੋ ਸਕਦੀ? ਨਹੀਂ ਹੋ ਸਕਦੀ। ਬੱਚਿਆਂ ਦਾ ਘਰ ਦਾ ਸਰਕਲ, ਜਿਹੜਾ ਘਰ ਦਾ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਜਿਹੜਾ ਛਕਣਾ, ਉਹ ਬਹੁਤ ਮੁਸ਼ਕਲ ਆ ਜੀ। ਤੁਸੀਂ ਹਾਲਾਤ ਦੇਖ ਲਓ ਕੀ ਹਾਲਾਤ ਨੇ। ਭਾਈ ਬਲਵਿੰਦਰ ਸਿੰਘ ਜਿਹੜੇ ਕਿ ਪਾਠੀ ਸਿੰਘ ਨੇ ਸੇਵਾ ਨਿਭਾ ਚੁੱਕੇ ਨੇ, ਜਿਹੜੇ ਕਿ ਗੁਰਦੁਆਰਾ ਸਾਹਿਬ ਦੀ 4 ਹਜ਼ਾਰ ਰੁਪਈਆ, 3.5-4 ਹਜ਼ਾਰ ਰੁਪਇਆ ਤਨਖਾਹ ਆਉਂਦੀ ਸੀ, 100-125 ਰੁਪਏ ਡੇਢ ਕੀ ਦਿਹਾੜੀ ਸੀ। ਤੁਸੀਂ ਦੇਖੋ ਅੱਜ ਦੇ ਜ਼ਮਾਨੇ ਵਿੱਚ, ਕਹਿੰਦੇ ਮਹਿੰਗਾਈ ਦਾ ਜ਼ਮਾਨਾ ਵਾ, ਕੀ ਗੱਲ ਪਾਠੀ ਸਿੰਘਾਂ ਵਾਸਤੇ ਕੋਈ ਜ਼ਮਾਨਾ ਨਹੀਂ ਮਹਿੰਗਾਈ ਦਾ, ਬਾਕੀਆਂ ਵਾਸਤੇ ਕਹਿੰਦੇ ਮਹਿੰਗਾਈ ਹੋ ਗਈ ਆ। ਸਾਰੀਆਂ ਦਿਹਾੜੀਆਂ 5-5, 6-6, 7-7 ਰੁਪਏ ਦਿਹਾੜੀ ਹੋ ਚੁੱਕੀ ਆ। ਸਾਡੇ ਰਾਜ ਮਿਸਤਰੀ ਨੇ 700 ਰੁਪਏ ਦਿਹਾੜੀ ਲੈ ਰਹੇ ਨੇ, ਜਿਹੜਾ ਮਜ਼ਦੂਰ ਆ ਉਹ 600 ਰੁਪਏ ਦਿਹਾੜੀ ਲੈ ਰਿਹਾ 9-5 ਦੀ। ਅਤੇ ਸਾਡੇ ਜਿਹੜੇ ਗੁਰੂ ਕੇ ਵਜ਼ੀਰ ਨੇ, ਜਿਹੜੇ ਕਿ ਬਾਣੀ ਪੜ੍ਹਦੇ ਨੇ, ਲੋਕਾਂ ਨੂੰ ਸਿੱਧੇ ਰਾਹ ਲਾਉਂਦੇ ਨੇ, ਕੀ ਗੱਲ ਇਹਨਾਂ ਵਾਸਤੇ ਕੋਈ ਦਿਹਾੜੀ ਨਹੀਂ ਵਧੀ ਇਹਨਾਂ ਦੇ? ਅੱਜ ਵੀ ਉਹ 150-125 ਦਿਹਾੜੀ ਆ। ਤੁਸੀਂ ਹਾਲਾਤ ਦੇਖ ਲਓ ਸਾਡੇ ਸਿੱਖਾਂ ਦੇ ਕੀ ਹਾਲਾਤ ਨੇ। ਅਸੀਂ ਕਹਿੰਦੇ ਵੀ ਵੱਧ ਤੋਂ ਵੱਧ ਲੋਕ ਸਿੱਖੀ ਨਾਲ ਜੁੜਨ, ਸਿੱਖਾਂ ਵੱਲ ਪ੍ਰਚਾਰ ਬੜਾ ਕਰਦੇ ਅਸੀਂ ਸਿੱਖੀ ਦਾ, ਪਰ ਹਾਲਾਤ ਦੇਖ ਲਓ ਗੁਰੂ ਦੇ ਵਜ਼ੀਰਾਂ ਦਾ। ਜੇ ਇਹੋ ਜਿਹਾ ਹਾਲਾਤ ਰਹੇ ਸਾਡੇ ਸਿੱਖਾਂ ਦਾ, ਤਾਂ ਫਿਰ ਤੁਸੀਂ ਦੇਖ ਸਕਦੇ ਹੋ ਵੀ ਰੱਬ ਹੀ ਰਾਖਾ ਵਾ। ਪਰਿਵਾਰ ਦੇ 5 ਮੈਂਬਰ ਨੇ, 2 ਧੀਆਂ ਨੇ ਜਵਾਨ, ਅਤੇ ਤੁਹਾਨੂੰ ਤਸਵੀਰਾਂ ਫਾਈਆਂ ਨੇ ਵੀ ਦਰਵਾਜ਼ੇ ਤੱਕ ਨਹੀਂ ਲੱਗੇ ਬਾਥਰੂਮਾਂ ਦੇ, ਕੀ ਹਾਲਾਤ ਨੇ। ਅਤੇ ਘਰ ਦਾ ਕਮਾਉਣ ਵਾਲਾ ਮੁਖੀਆ ਜਿਹੜਾ ਉਹ ਮੰਜੇ 'ਤੇ ਪੈ ਚੁੱਕਿਆ। ਤੁਸੀਂ ਦੇਖ ਸਕਦੇ ਹੋ ਵੀ ਇੱਕ ਹਫ਼ਤਾ ਇਲਾਜ ਖਣੋਂ ਘਰ ਪਿਆ ਰਿਹਾ, ਕਿਸੇ ਨੇ ਅੱਜ ਤੱਕ ਸਾਹ ਨਹੀਂ ਲਈ ਆ ਕੇ ਵੀ ਭਾਈ ਬਲਵਿੰਦਰ ਸਿੰਘ ਕਿਹੜੇ ਹਾਲਾਤਾਂ ਵਿੱਚ ਆ, ਡਿਊਟੀ 'ਤੇ ਕਿਉਂ ਨਹੀਂ ਆ ਰਿਹਾ, ਕੀ ਗੱਲਬਾਤ ਆ? ਪੁੱਛਿਆ ਨਹੀਂ ਆ ਕੇ ਕਦੀ ਕਿਸੇ ਨੇ ਵੀ ਭਾਈ ਡਿਊਟੀ 'ਤੇ ਨਹੀਂ ਆ ਰਿਹਾ,
ਕੀ ਗੱਲਬਾਤ ਆ, ਮੁਸ਼ਕਲ ਕੀ ਹੋ ਗਈ ਆ, ਠੀਕ ਹੈਗਾ ਕਿ ਸਾਲ ਲਈ ਜਾਂਗੇ? ਨਹੀਂ ਜੀ, ਕਿਸੇ ਨੇ ਨਹੀਂ ਪੁੱਛਿਆ। ਉਹਨਾਂ ਨੂੰ ਪਤਾ ਤਾਂ ਲੱਗਾ ਆ, ਲੱਗ ਹੀ ਗਿਆ ਕਿ ਬੰਦਾ ਡਿਊਟੀ ਨਹੀਂ ਆ ਰਿਹਾ, ਕਿਉਂ ਨਹੀਂ ਆ ਰਿਹਾ। ਸਾਨੂੰ ਦੱਸਿਆ ਕਈਆਂ ਨੇ ਵੀ ਉਹਦਾ ਇੱਥੇ ਐਕਸੀਡੈਂਟ ਹੋਇਆ, ਲੱਤ ਟੁੱਟ ਗਈ, ਨਹੀਂ ਆ ਰਿਹਾ। ਮਗਰ ਘਰ ਤਾਂ ਕਰਕੇ ਨਹੀਂ ਕੋਈ ਆਇਆ। ਉਹਨਾਂ ਨੂੰ ਪਤਾ ਘਰ ਜਾਵਾਂਗੇ, ਕਿਤੇ ਕਿ ਪੁੱਛਣ ਵਾਲਾ ਪੈ ਜਾਵੇ, ਕਿਤੇ ਮਦਦ ਨਾ ਅਗਲਾ ਮੰਗਾਰ ਨਾ, ਕਿਤੇ ਕੋਈ ਪਾ ਦੇ ਕੇ 100-150 ਰੁਪਇਆ ਦੇ ਜਾ। ਬਸ ਕਿਸੇ ਨੇ ਨਾ ਇੱਥੋਂ ਦਾ, ਚਲੋ ਮਦਦ ਕਿਸੇ ਨੇ ਕੀ ਕਰਨੀ, ਪੁੱਛਿਆ ਹੀ ਨਹੀਂ ਆਣ ਕੇ ਕਿਸੇ ਨੇ। ਠੀਕ ਹੈ ਜੀ, ਇਸ ਤਰ੍ਹਾਂ ਦਾ ਸਮਾਂ ਮੈਂ ਮੰਜੀ 'ਤੇ ਬਹਿ ਗਿਆ, ਆਪਣੇ ਦਿਲ ਦੇ ਉੱਤੇ ਝੱਲਿਆ ਵਾ, ਸਰੀਰ 'ਤੇ ਝੱਲਿਆ ਆਪਣੇ ਦੇ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ। ਲੋਕਾਂ ਵਾਸਤੇ ਅਰਦਾਸ ਬੇਨਤੀ ਕਰਦੇ ਨੇ ਚੜ੍ਹਦੀ ਕਲਾ ਦੀਆਂ, ਲੋਕਾਂ ਦੇ ਘਰਾਂ ਘਰ ਵਿੱਚ ਖੁਸ਼ੀਆਂ ਸਾਂਝੀਆਂ ਕਰਦੇ ਨੇ, ਪਰ ਆਪਦੇ ਘਰ ਗਮੀਆਂ ਨੇ। ਤੁਸੀਂ ਵੇਖ ਲਓ ਕੀ ਹਾਲਾਤ ਨੇ। ਭਾਈ ਬਲਵਿੰਦਰ ਸਿੰਘ ਜੀ, ਲੋਕਾਂ ਦੇ ਘਰਾਂ ਜਾ ਕੇ ਅਰਦਾਸ ਕਰਦੇ ਹੋ ਚੜ੍ਹਦੀ ਕਲਾ ਦੀ, ਵੀ ਹਮੇਸ਼ਾ ਖੁਸ਼ ਰਹੋ, ਤੁਹਾਡੇ ਘਰ ਪਰਮਾਤਮਾ ਦੀ ਬਰਕਤ ਹੋਵੇ। ਪਰ ਅਸੀਂ ਦੇਖਿਆ ਖੁਦ ਪਾਠੀ ਸਿੰਘ ਦੇ ਘਰ ਦੇ ਹਾਲਾਤ ਜਿਹੜੇ ਵੱਧ ਤੋਂ ਵੱਧ ਨੇ, ਘਰ ਦੇ ਵਿੱਚ ਖਾਣ ਨੂੰ ਆਟਾ ਤੱਕ ਨਹੀਂ ਆ। ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਇਸ ਚੀਜ਼ ਨੂੰ ਇਸ ਤਰ੍ਹਾਂ ਦੇਖੋ, ਜ਼ਿਆਦਾ ਠੀਕ ਆ ਤੁਹਾਡੀ ਗੱਲ, ਇਹ ਲੋਕਾਂ ਦੀਆਂ ਅਰਦਾਸਾਂ ਬੇਨਤੀਆਂ ਮਹਾਰਾਜ ਵਿਸ਼ਵਾਸ ਰੱਖ ਕੇ ਕਰਦੇ ਹਾਂ, ਚਲੋ ਮਹਾਰਾਜ ਸੁਣਦਾ ਵੀ ਆ, ਉਹਨਾਂ ਦੀਆਂ ਹੁੰਦੀਆਂ ਵੀ ਆ ਪੂਰੀਆਂ। ਠੀਕ ਹੈ ਜੀ, ਪਰ ਜੇ ਜਿਸ ਹਾਲਾਤਾਂ 'ਚੋਂ ਜਾਂ ਜਿਸ ਸਮੇਂ 'ਚੋਂ ਮੈਂ ਗੁਜ਼ਰਿਆ, ਇਹਦੇ ਮੁਤਾਬਕ ਇਹ ਨਵੀਂ ਪਨੀਰੀ ਜੋ ਉਹਦੇ ਵਿੱਚੋਂ ਇਸ ਲਾਈਨ 'ਚ ਕਿਸੇ ਨੂੰ ਕੋਈ ਪਾਏਗਾ ਨਹੀਂ। ਕਿਉਂਕਿ ਮੈਂ ਮੰਨ ਲਓ ਫਰਜ਼ ਕਰੋ ਕਿ ਜਿਸ ਤਰ੍ਹਾਂ ਮੈਂ ਤਾਂ ਮੈਂ ਜਿਹੜਾ ਸਮਾਂ ਆਪਣੇ ਸਰੀਰ 'ਤੇ ਚੱਲਿਆ, ਮੇਰੇ ਵਾਲੇ ਵੇਖ ਕੇ ਕੋਈ ਮੇਰੇ ਪਰਿਵਾਰ 'ਚੋਂ ਆਖੇਗਾ ਕਿ ਅਸੀਂ ਇਸ ਲਾਈਨ 'ਤੇ ਚੱਲੀਏ? ਮਾੜੇ ਤੋਂ ਕੋਈ ਵੀ ਕੰਮ ਕਰ ਲਓ, 200-400-500 ਰੁਪਇਆ ਦਿਹਾੜੀ ਆ। ਗੱਲ ਜਿਵੇਂ ਮੈਂ ਫਿਰ ਕੀਤੀ ਆ ਵੀ ਪਾਠੀ ਸਿੰਘ ਦੀ ਵਾਰੀ ਆਉਂਦੀ ਆ ਜਦੋਂ ਪੈਸਿਆਂ ਦੇਣ ਦੀ, ਉਹਨਾਂ ਨੂੰ ਕਿਉਂ ਘੱਟ ਦਿੱਤੇ ਜਾਂਦੇ ਨੇ? ਅਸੀਂ ਦੇਖਿਆ ਜਦੋਂ ਅਸੀਂ ਵਿਆਹ ਸ਼ਾਦੀ ਹੁੰਦੀ ਆ, ਡਾਂਸਰਾਂ ਬੁਲਾਉਂਦੇ ਹਾਂ ਅਤੇ 1000 ਰੁਪਏ ਦੇ ਦਿੰਦੇ ਨੇ, ਜਦੋਂ ਕਿਤੇ ਗਾਇਕ ਬੁਲਾਉਂਦੇ ਹਾਂ ਅਤੇ 1,00,000 ਰੁਪਇਆ ਦੇ ਦਿੰਦੇ ਹਾਂ। ਜਦੋਂ ਪਾਠੀ ਸਿੰਘ ਅਰਦਾਸ ਬੇਨਤੀ ਕਰਦਾ ਖੁਸ਼ੀ ਦੇ ਮੌਕੇ 'ਤੇ, ਉੱਥੇ ਅਸੀਂ ਜਾ ਕੇ ਸਭ ਤੋਂ ਛੋਟਾ ਨੋਟ ਕਹਿ ਲਓ ਜਾਂ ਪਾਟਾ ਜਿਹਾ ਨੋਟ ਲੱਭਦੇ ਹਾਂ, ਵੀ ਕਿਤੇ ਵੱਧ ਨੋਟ ਨਾ ਚੱਲੇ, ਕਿਤੇ 10 ਰੁਪਇਆ ਨੋਟ ਲੱਭਦੇ ਹਾਂ। ਇਹ ਪਾਠੀ ਸਿੰਘਾਂ ਦਾ ਲੋਕ ਇਸ ਤਰ੍ਹਾਂ ਦੇ ਹਾਲਾਤ ਕਿਉਂ ਕਰਦੇ ਨੇ? ਜਦੋਂ ਕਿਤੇ ਡਾਂਸਾਂ ਦੀ ਵਾਰੀ ਆਉਂਦੀ ਆ ਜਾਂ ਗਾਉਣ ਵਾਲੀ ਦੀ ਵਾਰੀ ਆਉਂਦੀ ਆ, ਉਹ 'ਤੇ 1,00,000 ਰੁਪਏ ਐਂ ਮਾਰਦੇ ਜਿਵੇਂ ਮੀਂਹ ਹੁੰਦਾ ਪੈਸਿਆਂ ਦਾ। ਤੁਹਾਡੇ ਵਾਸਤੇ ਲੋਕਾਂ ਨੂੰ ਕੋਈ ਪੈਸਾ ਕਿਉਂ ਨਹੀਂ ਹੈ ਗਿਆ? ਤੁਹਾਡੇ ਵਾਸਤੇ ਲੋਕ ਕਿਉਂ, ਲੋਕ ਕਹਿੰਦੇ ਵੀ ਸਾਡੇ ਕੋਲ ਪੈਸੇ ਮੋਗੇ ਆ ਜਾਂ ਪੈਸੇ ਘੱਟ ਲੈ ਲਓ? ਉਹਨਾਂ ਨੂੰ ਮਨ 'ਚ ਇੱਕੋ ਹੀ ਗੱਲ ਆ, ਵਾਰ ਵਾਰ ਆਉਂਦੀ ਹੈ, ਦੇਖੋ ਜੀ ਬਾਬੇ ਨਾਲ ਚਿੱਟੇ ਕੱਪੜੇ ਪਾਏ ਆ, ਪਤਾ ਨਹੀਂ ਕੀ ਗੁਰਦੁਆਰੇ ਦੀ ਕਮਾਈ ਖਾ, ਸ਼ਾਇਦ ਇਹੋ ਹੀ ਖਾਈ ਜਾ ਰਿਹਾ ਖਰੇ, ਗੁਰਦੁਆਰੇ ਦਾ ਇੰਨਾ ਚੜਾਵਾ ਹੈ ਜੀ, ਇਹ ਬਾਬਿਆਂ ਦਾ ਹੀ ਆ ਜੀ। ਮਗਰ ਉਹਨਾਂ ਨੂੰ ਇੱਥੋਂ ਤੱਕ ਨੌਲੇਜ ਨਹੀਂ ਗਿਆ, ਜਿਹੜਾ ਜੋ ਵੀ ਆ ਕਮੇਟੀਆਂ ਲੈ ਰਹੀਆਂ ਨੇ, ਪਾਠੀ ਸਿੰਘ ਆ ਜਾਂ ਕੋਈ ਸੇਵਾਦਾਰ ਆ, ਗੁਰਦੁਆਰੇ ਡਿਊਟੀ ਨਿਭਾ ਰਿਹਾ, ਉਹਨੇ ਤਾਂ ਆਪਣੀ ਬਣੀ ਤਨਖਾਹ ਲੈਣੀ ਆ ਜੀ, ਜਿੰਨੀ ਡਿਊਟੀ ਕਰੇਗਾ ਪੈਸੇ ਇਹਨਾਂ ਦੇ ਦੇਣੇ। ਪਰ ਆਮ ਸੰਗਤ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਵੇਖੋ ਜੀ ਇਹ ਸਭ ਕੁਝ ਕਮੇਟੀਆਂ ਕੋਲ ਜਾ ਰਿਹਾ, ਜਿਹੜੇ ਡਿਊਟੀ ਨਿਭਾ ਰਹੇ ਨੇ ਮੇਰੇ ਵਰਗੇ ਭਰਾ ਉਹਨਾਂ ਕੋਲ ਨੂੰ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਵੀ ਗਾਂਹ ਆਉਣ ਵਾਲੇ ਸਮੇਂ 'ਚ ਕਿ ਲੱਗਦਾ ਵੀ ਕੋਈ ਪਾਠੀ ਸਿੰਘ ਆਪਣੇ ਬੱਚਿਆਂ ਨੂੰ ਬਣਾਊਗਾ ਜਾਂ ਨਹੀਂ ਬਣਾਊਗਾ? ਕਿਉਂ ਜਿਸ ਤਰ੍ਹਾਂ ਦੇ ਤੁਹਾਡੇ ਹਾਲਾਤ ਨੇ, ਇਹ ਭਾਈ ਬਲਵਿੰਦਰ ਸਿੰਘ ਦੇ ਇਕੱਲੇ ਹਾਲਾਤ ਨਹੀਂ ਨੇ, ਸਾਡੇ ਹੋਰ ਵੀ ਬੜੇ ਪਾਠੀ ਸਿੰਘ ਨੇ ਜਿਹੜੇ ਕਿ ਇਸ ਤਰ੍ਹਾਂ ਦੇ ਮਾੜੇ ਹਾਲਾਤਾਂ 'ਚ ਲੰਘ ਰਹੇ ਨੇ। ਗੁਰੂ ਦੇ ਵਜ਼ੀਰ ਕਿਹਾ ਜਾਂਦਾ ਵਾ, ਪਰ ਸਿਰਫ ਨਾਂ ਦੇ ਵਜ਼ੀਰ ਨੇ, ਹਾਲਾਤ ਜ਼ਰੂਰ ਦੇਖ ਲਿਓ ਕਰੀ ਇਹਨਾਂ ਦੇ। ਤੁਸੀਂ ਦੇਖ ਸਕਦੇ ਹੋ ਹਾਲਾਤ ਜਿਹੜੇ ਸਾਡੇ ਤਰਸਯੋਗ ਨੇ, ਕਿਤੇ ਕਿਤੇ ਸਾਨੂੰ ਸ਼ਰਮ ਆਉਂਦੀ ਹੈ ਇਸ ਚੀਜ਼ ਨੂੰ ਲੈ ਕੇ ਵੀ ਸਾਡੇ ਸਿੱਖਾਂ ਦਾ ਕੀ ਹਾਲਾਤ ਹੋ ਰਹੇ ਨੇ, ਕਿਉਂ ਨਹੀਂ ਕੋਈ ਸਾਰ ਲੈ ਰਿਹਾ ਰਿਹਾ? ਕਿਸ ਤਰ੍ਹਾਂ ਦੇ ਦਿਓਗਾ ਆਪਣੇ ਬੱਚਿਆਂ ਨੂੰ ਕਿ ਲੱਗਦਾ ਤੁਸੀਂ ਇਸ ਲਾਈਨ 'ਚ ਪਾਓਗੇ ਪਾਠੀ ਸਿੰਘ ਬਣਾਓਗੇ? ਮੇਰਾ ਜੋ ਸਮਾਂ ਬੀਤ ਰਿਹਾ ਨਾ, ਮੇਰੇ ਵੱਲ ਜੋ ਮੇਰੇ ਹਾਲਾਤ ਨੇ, ਮੇਰੇ ਹਾਲਾਤਾਂ ਵੱਲ ਵੇਖ ਕੇ ਮੈਂ ਤਾਂ ਕੋਈ ਵੀ ਨਹੀਂ ਇਸ ਲਾਈਨ 'ਚ ਬੱਚਿਆਂ ਨੂੰ ਪਾਏਗਾ ਜੀ। ਮੈਂ ਜੋ ਤੁਸੀਂ ਵੀ ਦੇਖ ਹੀ ਰਹੇ ਹੋ, ਕਿਹੜਾ ਇਨਸਾਨ ਹਰ ਇਨਸਾਨ ਹੁੰਦਾ ਕਿ ਮੈਂ ਜੇ 100 ਕਮਾਉਂਦਾ, ਮੇਰਾ ਬੱਚਾ 200 ਕਮਾਵੇ, 300 ਕਮਾਵੇ, ਅਤੇ ਇਸ ਜਿਹੜਾ ਬੰਦਾ ਲਾਈਨ 'ਚ, ਉਹਨੂੰ ਪਤਾ ਕਿ ਮੇਰੀ ਲਾਈਨ 'ਚ ਇੰਨੀ ਕੁ ਕਮਾਈ ਆ, ਉਸ ਲਾਈਨ 'ਚ ਕਿਸ ਤਰ੍ਹਾਂ ਕਿਸੇ ਨੂੰ ਪਾਵੇਗਾ ਜੀ ਬੱਚਿਆਂ ਨੂੰ? ਵੀ ਬੱਚੇ ਜਾਂ ਪਰਿਵਾਰ ਕਦੀ ਗੱਲ ਨਹੀਂ ਕਰਦੇ, ਧੀਆਂ ਅਸੀਂ ਦੇਖਿਆ ਧੀਆਂ ਵੀ ਜਵਾਨ ਹੋ ਰਹੀਆਂ ਨੇ, ਹੋਰ ਧੀਆਂ ਨੂੰ ਵਿਆਹੁਣਾ ਵੀ ਆ, ਕਦੀ ਬੱਚੇ ਗੱਲ ਨਹੀਂ ਕਰਦੇ ਵੀ ਪਾਪਾ ਜੀ ਤੁਸੀਂ ਤਾਂ ਬਾਣੀ ਨਾਲ ਜੁੜੇ ਹੋ,
ਗੁਰੂ ਸਾਹਿਬ ਦਾ ਨਾਂ ਲੈਂਦੇ ਹੋ ਹਮੇਸ਼ਾ, ਲੋਕਾਂ ਦੀ ਅਰਦਾਸ ਬੇਨਤੀ ਕਰਦੇ ਹੋ, ਪਰ ਤੁਹਾਨੂੰ ਸੱਟ ਲੱਗ ਗਈ ਆ, ਮੰਜੇ 'ਤੇ ਪੈ ਗਏ, ਤੁਹਾਡੀ ਲੱਤ ਟੁੱਟ ਗਈ ਆ, ਕਿਸੇ ਨੇ ਆ ਕੇ ਸਾਹ ਨਹੀਂ ਲਈ ਆ ਕੇ, ਕਿਸੇ ਨੇ ਆ ਕੇ ਪੁੱਛਿਆ ਤੱਕ ਨਹੀਂ ਆ ਵੀ ਭਾਈ ਬਲਵਿੰਦਰ ਸਿੰਘ ਕਿਹੜੇ ਹਾਲਾਤਾਂ 'ਚ ਰਹਿੰਦਾ ਵਾ, ਕਿੱਥੇ ਪੈਸੇ ਧੇਲੇ ਦੀ ਜਾਂ ਲੋੜ ਹੈਗੀ ਕਿ ਨਹੀਂ ਹੈਗੀ, ਕਦੇ ਤੀ ਬੱਚੇ ਗੱਲਾਂ ਕਰਦੇ ਨਾ ਆਪਸ 'ਚ? ਕਰਦੇ ਜੀ, ਬਿਲਕੁਲ ਕਰਦੇ ਆ, ਪਰ ਉਹ ਇਹ ਹੈਗਾ ਮੇਰੇ ਸਾਹਮਣੇ ਨਹੀਂ ਕਰਦੇ, ਕਿਉਂਕਿ ਉਹਨਾਂ ਦਾ ਕਿ ਇੱਕ ਤਾਂ ਉਹ ਪਰੇਸ਼ਾਨ ਪਹਿਲਾਂ ਹੀ ਆ, ਬੱਚੇ ਹੁਣ ਜਵਾਨ ਹੁੰਦਾ ਸਿਆਣੇ ਹੁੰਦੇ, ਉਹਨਾਂ ਨੂੰ ਸਮਝ ਇਸ ਚੀਜ਼ ਦੀ, ਅਤੇ ਉਹ ਮੇਰੇ ਸਾਹਮਣੇ ਨਹੀਂ ਕਰਦੇ ਕਿ ਡੈਡੀ ਨੂੰ ਜਾਂ ਸਾਡੇ ਡੈਡੀ ਜਾਂ ਪਿਤਾ ਜੀ ਇਹਨਾਂ ਨੂੰ ਕੋਈ ਮੁਸ਼ਕਲ ਦੇ ਵਿੱਚ ਤਾਂ ਹੈ ਹੀ ਨਹੀਂ, ਹੋਰ ਟੈਨਸ਼ਨ ਨਾ ਲੈਣ ਜਾਂ ਕਿਸ ਤਰ੍ਹਾਂ ਕਰਕੇ ਮੁਸ਼ਕਲ ਨਾ ਵਧੇ, ਮਗਰ ਉਹ ਆਪਣੇ ਦਿਲ 'ਤੇ ਤਾਂ ਚੱਲ ਹੀ ਰਹੇ ਨੇ ਜੀ। ਪਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਅਸੀਂ ਦੇਖਿਆ ਵੀ ਇੱਕ ਪਿੰਡ 'ਚ ਪੰਜ ਛੇ ਗੁਰਦੁਆਰਾ ਸਾਹਿਬ ਹੁੰਦੇ ਨੇ, ਕੀ ਲੱਗਦਾ ਵੀ ਛੇ ਗੁਰਦੁਆਰਾ ਨਾਲੋਂ ਇੱਕੋ ਗੁਰਦੁਆਰਾ ਹੋਵੇ ਜਿਹੜਾ ਕਿ ਪਾਠੀ ਸਿੰਘ ਸਾਂਭੇ, ਕੀ ਲੱਗਦਾ ਵੀ ਵੱਧ ਗੁਰਦੁਆਰਾ ਨਾਲੋਂ ਇੱਕ ਆਪਣੇ ਤੁਸੀਂ ਪਾਠੀ ਸਿੰਘ ਨੂੰ ਜਿਹੜਾ ਕਿ ਸਾਂਭ ਲਓ, ਕੀ ਲੱਗਦਾ ਨਹੀਂ ਵੱਡੀ ਗੱਲ ਆ? ਗੁਰਦੁਆਰਿਆਂ ਦਾ ਜ਼ਿਆਦਾ ਹੋਣ ਦਾ ਮਸਲਾ ਨਹੀਂ ਹੈਗਾ, ਗੁਰਦੁਆਰੇ ਜ਼ਿਆਦਾ ਕਿਉਂ, ਚਲੋ ਮਹਾਰਾਜ ਦੇ ਸਥਾਨ ਨੇ ਜਿੰਨੇ ਵੱਧ ਹੁਣ ਠੀਕ ਆ, ਸੰਗਤ ਵਾਸਤੇ ਵੀ ਸੰਸਾਰ ਵਾਸਤੇ ਵੀ, ਪਰ ਮਸਲਾ ਤਾਂ ਇਹ ਆ ਕਿ ਫਿਰ ਗੱਲ ਉੱਥੇ ਆ ਜਾਂਦੀ ਹੈ ਸੰਗਤ ਦੇ, ਕਿ ਗੁਰਦੁਆਰਿਆਂ ਦਾ ਮਸਲਾ ਨਹੀਂ ਕਿ ਗੁਰਦੁਆਰੇ ਜ਼ਿਆਦਾ ਨਹੀਂ, ਗੁਰਦੁਆਰਾ ਇਸ ਤੋਂ ਹੋਰ ਵੀ ਜ਼ਿਆਦਾ ਹੋ ਤਾਂ ਵੀ ਕੋਈ ਗੱਲ ਨਹੀਂ ਜੀ, ਮਗਰ ਇਹ ਆ ਕਿ ਜਦੋਂ ਪਾਠੀ ਸਿੰਘਾਂ ਦੇ ਜਾਂ ਬਾਬਿਆਂ ਦੇ ਗੱਲ ਆਉਂਦੀ ਆ, ਉੱਥੇ ਆਣ ਕੇ ਲੋਕ ਚਿੱਠੀ ਵੱਟ ਜਾਂਦੇ ਆ ਜੀ, ਜਾਂ ਉਹਨਾਂ ਦੀ ਗਲਤ ਫਹਿਮੀ ਲਾ ਲਓ ਜਾਂ ਐਂ ਲਾ ਲਓ ਕਿ ਬਾਬਾ ਬਾਬੇ ਗੁਰਦੁਆਰੇ ਆਏ ਆ ਉਹ ਖਾ ਕੇ ਆਹ ਲੈ ਗਏ, ਪਰ ਐਸਾ ਕੁਝ ਨਹੀਂ ਆ, ਉਹ ਸਭ ਕੋਈ ਕਮੇਟੀ ਜਾਂ ਕਮੇਟੀਆਂ ਨੂੰ ਜਾ ਰਿਹਾ, ਜਿਹੜਾ ਅੱਗੇ ਪ੍ਰਬੰਧਕਾਂ ਜਾਂ ਸੇਵਾਦਾਰ ਨੇ ਜਾਂ ਪਾਠੀ ਸਿੰਘ ਨੇ, ਕੋਈ ਵੀ ਉਹਨਾਂ ਕੋਲ ਤੱਕ ਨਹੀਂ ਪਹੁੰਚ ਰਿਹਾ ਜੀ ਪੂਰਾ, ਠੀਕ ਹੈ। ਸਾਡੇ ਡਿਊਟੀ ਦੇ ਮੁਤਾਬਕ ਦੇ ਤਾ, ਜਿੰਨੀ ਅਸੀਂ ਡਿਊਟੀ ਕੀਤੀ ਕਿਸੇ ਨੂੰ 150 ਬਣ ਗਿਆ, 100 ਬਣ ਗਿਆ, ਬਸ ਉਹਦੇ ਮੁਤਾਬਕ ਦੇ ਦੇਣਾ, ਇਹਦੇ 'ਚ ਗੁਰਦੁਆਰੇ ਦਾ ਨਹੀਂ ਕੋਈ ਮਸਲਾ ਕਿ ਗੁਰਦੁਆਰੇ ਜ਼ਿਆਦਾ ਨੇ ਜਾਂ ਘੱਟ ਨੇ। ਪਰ ਕੀ ਲੱਗਦਾ ਨਹੀਂ ਵੀ ਜਿਵੇਂ ਮੈਂ ਗੱਲ ਕੀਤੀ ਵੀ ਇੱਕ ਪਿੰਡ ਸ਼ਾਇਦ ਇੱਕੋ ਗੁਰਦੁਆਰਾ ਹੋਵੇ, ਪਰ ਉਹ ਵੀ ਸਾਂਭ ਸੰਭਾਲ ਜਿਹੜਾ ਕਿ ਪਾਠੀ ਸਿੰਘ, ਮੈਂ ਇਹ ਗੱਲ ਕਰ ਰਿਹਾ, ਬਹੁਤੇ ਗੁਰਦਿਆਂ ਦੀ ਗੱਲ ਨਹੀਂ ਕਰ ਰਿਹਾ, ਵੀ ਮੰਨ ਲਓ ਇੱਕ ਪਿੰਡ ਆ ਉਸ ਵਿੱਚ ਇੱਕ ਹੀ ਗੁਰਦੁਆਰਾ ਹੋਵੇ, ਉਹਦਾ ਪਾਠੀ ਸਿੰਘ ਜਿਹੜਾ ਧਿਆਨ ਰੱਖੇ, ਤਾਂ ਉਹਨੂੰ ਜਿਹੜਾ ਵਾ ਪਾਠੀ ਸਿੰਘ ਨੂੰ ਜਿਹੜਾ ਬੰਦਾ ਮਾਣ ਸਨਮਾਨ ਦਿੱਤਾ ਜਾਵੇ? ਬੰਦਾ ਤਾਂ ਹੈ, ਪਰ ਇਹਨਾਂ ਨੂੰ ਕੌਣ ਘਰ ਘਰ ਜਾ ਕੇ ਕਿਹੜਾ ਇੰਨੀ ਗੱਲ ਨੂੰ ਜਾਊਗਾ ਜੀ, ਠੀਕ ਹੈ। ਅਤੇ ਬਾਕੀ ਇਹ ਆ ਵੀ ਚਲੋ ਹਾਂ ਠੀਕ ਹੈ, ਸਥਾਨ ਇੱਕ ਨੇ ਜਾਂ ਦੋ ਨੇ, ਉਹਦੇ 'ਚ ਸਾਂਝੀ ਵਾਰਤਾ ਵੀ ਹੁੰਦੀ ਹੈ, ਵੇਖੋ ਜੀ ਸਾਰਿਆਂ ਨੇ ਇੱਕ ਜਗ੍ਹਾ 'ਤੇ ਇਕੱਠੇ ਹੋਣਾ, ਹੁਣ ਆਪਾਂ ਜੇ ਕੁਰਸੀਆਂ ਜਾਂ ਮੰਨ ਲਓ ਇੱਕ ਮੰਜੇ 'ਤੇ ਚਾਰ ਮੈਂਬਰ ਬਣੇ, ਜੇ ਚਾਰ ਮੰਜੇ ਡਾਵਾਂਗੇ ਤਾਂ ਫਿਰ ਇੱਕ ਇੱਕ ਮੈਂਬਰ ਬੈਠੂਗਾ ਨਾ, ਠੀਕ ਹੈ। ਬਹੁਤ ਧੰਨਵਾਦ। ਤੁਸੀਂ ਦੇਖਿਆ ਕਿ ਹਾਲਾਤ ਨੇ ਸਾਡੇ ਪਾਠੀ ਸਿੰਘਾਂ ਦੇ, ਸਾਡੇ ਗੁਰੂ ਕੇ ਵਜ਼ੀਰਾਂ ਦੇ ਤਰਸਯੋਗ ਹਾਲਾਤ ਹੋ ਗਏ ਨੇ, ਸਾਨੂੰ ਵੀ ਕਿਤੇ ਕਿਤੇ ਦੁੱਖ ਹੋ ਗਿਆ ਚੀਜ਼ ਨੂੰ ਲੈ ਕੇ, ਵੀ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਵੱਡੀਆਂ ਸੰਸਥਾਵਾਂ ਨੇ, ਕਹਿੰਦੇ ਨੇ ਵੀ ਸਿੱਖੀ ਦਾ ਵੜਾਵਾ ਕਰ ਰਹੇ ਨੇ, ਕਹਿੰਦੇ ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਪਰ ਮੈਨੂੰ ਲੱਗਦਾ ਪ੍ਰਚਾਰ ਦੇ ਨਾਲੋਂ ਜਿਹੜੇ ਸਾਡੇ ਸਿੰਘ ਨੇ, ਸਾਡੇ ਗੁਰੂ ਦੇ ਵਜ਼ੀਰ ਨੇ, ਪਹਿਲਾਂ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਆ, ਕਿਉਂਕਿ ਜਿਸ ਹਾਲਾਤ ਨੇ ਭਾਈ ਬਲਵਿੰਦਰ ਸਿੰਘ ਦੇ, ਮੈਨੂੰ ਲੱਗਦਾ ਵੀ ਭਾਈ ਬਲਵਿੰਦਰ ਸਿੰਘ ਵਰਗੇ ਬੜੇ ਪਾਠੀ ਸਿੰਘ ਨੇ ਜਿਹੜੇ ਕਿ ਮਾੜੇ ਹਾਲਾਤਾਂ 'ਚ ਲੰਘ ਰਹੇ ਨੇ, ਬਸ ਇਹਨਾਂ ਦੀ ਸਾਹ ਲੈਣ ਦੀ ਲੋੜ ਆ, ਇਹਨਾਂ ਦਾ ਪਤਾ ਲੈਣ ਦੀ ਲੋੜ ਆ, ਕਿਉਂਕਿ ਬਾਣੀ ਨਾਲ ਜੁੜੇ ਨੇ, ਬਾਣੀ ਨਾਲ ਜੁੜੇ ਨੇ, ਹਰ ਟਾਈਮ ਬਾਣੀ ਪੜ੍ਹਦੇ ਨੇ, ਲੋਕਾਂ ਦੀ ਅਰਦਾਸ ਬੇਨਤੀ ਕਰਦੇ ਨੇ ਚੜ੍ਹਦੀ ਕਲਾ ਦੀਆਂ ਖੁਸ਼ੀ ਦੀਆਂ, ਪਰ ਇਹਨਾਂ ਦੀ ਅਰਦਾਸ ਬੇਨਤੀ ਕੌਣ ਕਰੂਗਾ, ਇਹਨਾਂ ਦੀ ਸਾਰ ਕੌਣ ਲਊਗਾ? ਕਦੀ ਇਹਨਾਂ ਦੇ ਘਰ ਤੱਕ ਆ ਕੇ ਝਾਤੀ 'ਤੇ ਮਾਰੋ, ਧੀਆਂ ਜਵਾਨ ਹੋ ਰਹੀਆਂ ਨੇ, ਬੱਚੇ ਜਵਾਨ ਹੋ ਰਹੇ ਨੇ, ਪਰ ਹਜੇ ਤੱਕ ਦਰਵਾਜ਼ਿਆਂ ਨੂੰ ਜਿਹੜੇ ਕਿ ਬਾਥਰੂਮਾਂ ਨੂੰ ਦਰਵਾਜ਼ੇ ਤੱਕ ਨਹੀਂ ਲੱਗੇ, ਘਰ ਵਿੱਚ ਪਤਾ ਨਹੀਂ ਰਾਸ਼ਨ ਹੈਗਾ ਕਿ ਨਹੀਂ ਹੈਗਾ, ਇਸ ਤਰ੍ਹਾਂ ਦੇ ਹਾਲਾਤ ਨੇ। ਅਤੇ ਮੈਨੂੰ ਭਾਈ ਬਲਵਿੰਦਰ ਸਿੰਘ ਵੀ ਪਤਾ ਲੱਗਾ ਵੀ ਜਦੋਂ ਤੁਸੀਂ ਮੰਜੇ 'ਤੇ ਪਏ ਸੀ, ਕਹਿੰਦੇ ਘਰ 'ਚ ਖਾਣ ਨੂੰ ਰਾਸ਼ਨ ਤੱਕ ਨਹੀਂ ਸੀ, ਆਟਾ ਤੱਕ ਨਹੀਂ ਸੀ, ਕਹਿੰਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਖਾਂਦੇ ਰਹੇ ਆ ਬੱਚੇ, ਜਾਂ ਤੁਹਾਡੇ ਵਾਸਤੇ ਲਿਆਉਂਦੇ ਵੀ ਰਹੇ ਆ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਇਹ ਬਿਲਕੁਲ ਸੱਚਾਈ ਹੈ ਜੀ, ਹੁਣ ਬੰਦੇ ਦਾ ਇਨਸਾਨ ਕਮਾਉਣ ਵਾਲਾ ਜੋ ਖੁਦਾ ਵੀ ਮੰਜੇ 'ਤੇ ਪੈ ਜਾਵੇਗਾ,
ਬਾਹਰੋਂ ਪੈਸਾ ਨਹੀਂ ਆਊਗਾ ਤਾਂ ਰਾਸ਼ਨ ਕਿੱਥੋਂ ਆਉਣਾ ਜੀ। ਉਹ ਫਿਰ ਬੱਚੇ ਜਾਂਦਾ ਸੀ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦਾ ਪਾਣੀ ਛਕ ਆਉਂਦੇ ਸੀ, ਮੇਰੇ ਹੱਥ ਚਲੋ ਘਰ ਲੈ ਆਉਂਦੇ ਸੀ, ਕਿਸੇ ਟਾਈਮ ਖਾ ਲਿਆ ਕਿਸੇ ਟਾਈਮ ਨਾ ਖਾ ਲਿਆ, ਇਸ ਤਰ੍ਹਾਂ ਕਰਕੇ ਟਾਈਮ ਪਾਸ ਕੀਤਾ, ਟਾਈਮ ਗੁਜ਼ਾਰਿਆ ਵਾ। ਅਤੇ ਭਾਈ ਬਲਵਿੰਦਰ ਸਿੰਘ ਜੀ, ਕਦੀ ਮਨ ਨਹੀਂ ਡੋਲਿਆ ਚੀਜ਼ ਨੂੰ ਲੈ ਕੇ, ਗੁਰੂ ਰਾਮਦਾਸ ਧਰਤੀ ਜਾਂਦੇ ਹੋ, ਗੁਰੂ ਦੇ ਸਿੰਘ ਹੋ, ਇੰਨੇ ਮਾੜੇ ਹਾਲਾਤਾਂ 'ਚ ਲੰਘਦੇ ਹੋ, ਕਦੀ ਮਨ ਨਹੀਂ ਡੋਲਿਆ ਅਤੇ ਕਦੀ ਗੁਰੂ ਸਾਹਿਬ ਅੱਗੇ ਕਦੀ ਬੇਨਤੀ ਨਹੀਂ ਕੀਤੀ ਵੀ ਸੱਚੇ ਪਾਤਸ਼ਾਹ ਸਾਡੇ ਦਿਨ ਵੀ ਚੰਗੇ ਲਿਆ, ਸਾਡੇ ਦਿਨਾਂ 'ਤੇ ਵੀ ਘਰਾਂ ਵਿੱਚ ਖੁਸ਼ੀਆਂ ਲਿਆ, ਕਦੀ ਸਾਡੇ ਘਰਾਂ 'ਚ ਵੀ ਕਦੇ ਪੈਸੇ ਦੀ ਬਰਕਤ ਹੋਵੇ? ਇਸ ਵਾਸਤੇ ਤਾਂ ਜੀ ਰਹੇ ਹਾਂ ਜੀ ਕਿ ਚਲੋ ਕੁਛ ਸਮਾਂ ਹੁੰਦਾ ਵਾ, ਬੀਤ ਜਾਏਗਾ, ਮਹਾਰਾਜ ਪਰਮੇਸ਼ਰ ਹੈ ਕਦੇ ਸਾਡੇ 'ਤੇ ਵੀ ਕੋਈ ਚੰਗਾ ਦਿਨ ਲਿਆਏਗਾ। ਜੇ ਇਹ ਆਸ ਨਾ ਹੋਵੇ ਤਾਂ ਇਨਸਾਨ ਇਸ ਸਮੇਂ 'ਚ ਨਹੀਂ ਜੀ ਸਕਦਾ। ਬਿਲਕੁਲ ਜੀ, ਤੁਸੀਂ ਦੇਖਿਆ ਵੀ ਪਰਮਾਤਮਾ ਦੇ ਆਸ ਦੇ ਨਾਲ ਹੀ ਭਾਈ ਬਲਵਿੰਦਰ ਸਿੰਘ ਜੀ ਰਹੇ ਨੇ ਵੀ ਸ਼ਾਇਦ ਸਾਡੇ ਦਿਨ ਵੀ ਜਿਹੜੇ ਕਿ ਬੌੜਨਗੇ, ਸਾਡੇ 'ਤੇ ਚੰਗਾ ਸਮਾਂ ਆਊਗਾ। ਅਤੇ ਹੁਣ ਗੱਲਬਾਤ ਕਰਾਂਗੇ ਉਸ ਨੌਜਵਾਨ ਦੇ ਨਾਲ, ਜਿਸ ਨੌਜਵਾਨ ਨੇ ਸਾਲਾਂ ਵਿੱਚ ਪਰਿਵਾਰ ਦੇ ਨਾਲ ਮਿਲਾਇਆ, ਅਨਮੋਲ ਕਵਾਤਲਾ ਦੀ ਜਿਹੜੇ ਕਿ ਲੁਧਿਆਣੇ ਵਾਲੇ ਨੇ ਐਨ ਜੀ ਓ ਚਲਾ ਰਹੇ ਨੇ, ਉਹਨਾਂ ਦੀ ਟੀਮ ਦੇ ਮੈਂਬਰ ਨੇ ਅੰਮ੍ਰਿਤਸਰ ਤੋਂ ਨਵਦੀਪ, ਨੌਜਵਾਨ ਆ, ਗਰਮ ਖੂਨ ਹੈ ਅਤੇ ਜਜ਼ਬਾ ਵਾ ਸੇਵਾ ਕਰਨ ਦਾ। ਮੈਨੂੰ ਲੱਗਦਾ ਕਿਸੇ ਸੰਸਥਾ ਨੂੰ, ਸਿੱਖ ਸੰਸਥਾ ਨੂੰ ਕਿਸੇ ਨੂੰ ਤਰਸ ਨਹੀਂ ਆਇਆ, ਪਰ ਇਸ ਨੌਜਵਾਨ ਨੂੰ ਤਰਸ ਜ਼ਰੂਰ ਆਇਆ। ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ। ਨਵਦੀਪ ਜੀ, ਪਰਿਵਾਰ ਬਾਰੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ, ਦਰਸ਼ਕਾਂ ਨੂੰ ਸਾਂਝਾ ਕਰ ਦਿਓ, ਅਤੇ ਫਿਰ ਤੁਹਾਡਾ ਕੀ ਰਿਐਕਸ਼ਨ ਸੀ ਦੋਨੋਂ, ਤੁਹਾਨੂੰ ਪਰਿਵਾਰ ਬਾਰੇ ਪਤਾ ਲੱਗਾ? ਪਹਿਲਾਂ ਤੁਹਾਡਾ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਹੋ। ਜਦੋਂ ਆਪਾਂ ਪਰਿਵਾਰ ਆਪਣਾ ਸਿਰਫ ਪੇਸ਼ੈਂਟ ਆਉਂਦੇ ਆਪਣੇ ਵੀਡੀਓ ਦੇ ਥਰੂ ਹੀ ਆਉਂਦੇ ਨੇ, ਜਦੋਂ ਆਪਾਂ ਪਰਿਵਾਰ ਦੀ ਵੀਡੀਓ ਵੇਖੀ, ਪਰਿਵਾਰ ਕਹਿੰਦਾ ਕਿ ਉਹ ਛੋਟੇ ਛੱਟ ਡਿੱਗ ਵੀ ਗ੍ਰੰਥੀ ਸਿੰਘ ਨੇ, ਇਲਾਜ ਤੋਂ ਵਾਂਝੇ ਰਹਿ ਰਹੇ ਨੇ, ਆਪਾਂ ਉਸੇ ਟਾਈਮ, ਮੈਂ ਵੀ ਆਪਣੀ ਦੁਕਾਨ ਬੰਦ ਕਰਕੇ ਉਸੇ ਟਾਈਮ ਇਸ ਕਰਕੇ ਆ ਗਿਆ, ਜਿਸ ਤੋਂ ਮੈਂ ਇੱਧਰ ਆਇਆ ਨਾ, ਬਿਲਕੁਲ ਸਾਹਮਣੇ ਜਿਹਦੇ ਘਰ ਦੇ ਬਿਲਕੁਲ ਸਾਹਮਣੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਜਨਮ ਭੂਮੀ ਆ, ਜਸਟ 100 ਮੀਟਰ ਦੂਰੀ 'ਤੇ ਗੁਰਦੁਆਰਾ ਸਾਹਿਬ ਆ। ਗੁਰਦੁਆਰਾ ਸਾਹਿਬ ਜਾ ਕੇ ਆਪਾਂ ਅੰਨੇ ਵਾਹ ਪੈਸਾ ਚੜ੍ਹਾ ਵੀ ਦਿੰਦੇ ਹਾਂ, ਚੜ੍ਹੇ 'ਤੇ ਚੜ੍ਹਾਉਣ ਦੀ ਸਾਡੀ ਆਦਤ ਆ, ਪਰ ਉੱਥੋਂ ਦੇ ਇੱਕ ਵਜ਼ੀਰ ਨੇ ਜਿਹੜੇ ਹਾਲਾਤ ਵੇਖੇ ਨਾ, ਤਰਸਯੋਗ ਹਾਲਾਤ ਸੀਗੇ, ਪਰਿਵਾਰ 'ਚ ਰੋਟੀ ਵੀ ਨਹੀਂ ਬਣਦੀ, ਕਮਾਈ ਦਾ ਕੋਈ ਸਾਧਨ ਨਹੀਂ ਹੈਗਾ, ਗੁਰਦੁਆਰੇ ਉਹ ਲੰਗਰ ਲਿਆ ਕੇ ਗੁਜ਼ਾਰਾ ਕਰਦੇ ਪਏ ਸੀ। ਸਾਨੂੰ ਉਦੋਂ ਬੜਾ ਦੁੱਖ ਲੱਗਾ ਕਿ ਯਾਰ ਇੱਕ ਗੁਰੂ ਦਾ ਵਜ਼ੀਰ ਘਰੇ ਪਿਆ, ਅਤੇ ਸਾਡੇ ਵਰਗੇ ਸਮਾਜ ਸੇਵੀ ਆਪਾਂ ਘੁਮਾਉਣ ਦੇ ਕੋਈ ਆਪਣੇ 'ਤੇ ਲੱਖ ਲਾਉਣ ਤਾਂ ਸਾਡੇ ਵਰਗਿਆਂ ਦੇ, ਜੇ ਅਸੀਂ ਸਪੋਕੀ ਵਾਹਵਾ ਖੱਟੀਏ, ਇੱਦਾਂ ਦੇ ਕਾਫੀ ਪਰਿਵਾਰ ਨੇ ਜਿਹੜੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਸੀਗੇ। ਨਵਦੀਪ ਜੀ, ਕਿਸ ਤਰ੍ਹਾਂ ਦੇਖਦੇ ਹੋ, ਤੁਹਾਨੂੰ ਤਰਸ ਆ ਗਿਆ ਨੌਜਵਾਨ ਜੇ ਇੱਕ ਐਨ ਜੀ ਓ ਜੇ, ਪਰ ਸਿੱਖਾਂ ਦੀ ਸੰਸਥਾ ਵਾ, ਸਮਰੋਹ ਸੰਸਥਾ ਵਾ, ਉਹਨਾਂ ਨੂੰ ਕਿਸੇ ਤਰਸ ਨਹੀਂ ਆਇਆ? ਉਹਨਾਂ ਨੇ ਕਦੀ ਆ ਕੇ ਪੁੱਛਿਆ ਤੱਕ ਨਹੀਂ ਭਾਈ ਤੁਹਾਡਾ ਇਲਾਜ ਕਿਸ ਤਰ੍ਹਾਂ ਕਰਾਉਣਾ ਵਾ, ਰਾਸ਼ਨ ਤਾਂ ਕਿਸ ਤਰ੍ਹਾਂ ਦੇਣਾ ਵਾ, ਤੁਸੀਂ ਰਾਸ਼ਨ ਵੀ ਲੈ ਕੇ ਆਇਓ, ਹਰ ਮਹੀਨਾ ਤੁਸੀਂ ਰਾਸ਼ਨ ਲਵਾਇਆ ਸੀ, ਤੁਹਾਡੇ ਵੀ ਧੰਨਵਾਦ ਆ, ਪਰ ਉਹਨਾਂ ਨੇ ਕਿਉਂ ਨਹੀਂ ਇੱਥੇ ਸਾਥ ਲਈ ਇਹਨਾਂ ਦੀ? ਭਾਈ, ਅੱਜ ਕੱਲ੍ਹ ਧਰਮ ਦੇ ਠੇਕੇਦਾਰ ਤਾਂ ਬੜੇ ਬਣੇ ਫਿਰਦੇ ਨੇ, ਧਰਮ ਦੇ ਕਹਿੰਦੇ ਸਿੱਖੀ ਬਚਾਓ ਲੋਕੀ ਨਾ, ਅੱਜ ਕੱਲ੍ਹ ਧਰਮ ਪਰਿਵਰਤਨ ਕਿਉਂ ਕਰ ਰਹੇ ਨੇ? ਅੱਗੇ ਬਾਈ ਜੀ, ਆਪਾਂ ਕੋਈ ਧਰਮ ਪਰਿਵਰਤਨ ਕਰਦਾ ਉਹਨੂੰ ਪ੍ਰਾਈਵੇਟ ਹਸਪਤਾਲਾਂ 'ਚ ਬਾਈ ਜਿਹੜੀ ਹੈ ਨਾ, ਸਾਰੀ ਪੜ੍ਹਾਈ ਵੀ ਮੁਫਤ ਦਿੱਤੀ ਜਾਂਦੀ ਆ, ਰਾਸ਼ਨ ਆ ਰਾਸ਼ਨ ਮਿਲਦਾ ਦਿੱਤਾ, ਬਾਈ ਗੁਰੂ ਸਿੱਖ ਆ, ਸਿੱਖੀ ਸਰੂਪ ਨੂੰ ਸਾਂਭੀ ਬੈਠਾ ਵਾ, ਉਹੀ ਇਲਾਜ ਤੋਂ ਵਾਂਝਾ ਰਹਿ ਰਹੇ ਯਾਰ। ਹੁਣ ਜੇ ਅਗਲਾ ਧਰਮ ਪਰਿਵਰਤਨ ਕਰ ਰਹੇ, ਤੁਸੀਂ ਥੱਲੇ ਕਮੈਂਟਾਂ 'ਚ ਗਾਲਾਂ ਕੱਢੋਗੇ ਯਾਰ ਕਿ ਯਾਰ ਇਹ ਸਿੱਖੀ ਸਰੂਪ ਨੂੰ ਨਹੀਂ ਸਾਂਭ ਪਾਇਆ, ਤੁਸੀਂ ਸਿੱਖਾਂ ਦੀ ਕਿੰਨੀ ਕੁ ਸਾਰ ਲੈ ਲਈ ਯਾਰ, ਆਪਾਂ ਵੀ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ। ਆਪਾਂ ਉਦੋਂ ਤੱਕ ਨਹੀਂ ਵੇਖਦੇ, ਲੋਕੀ ਕਹਿੰਦੇ ਤੁਸੀਂ ਆਪਾਂ ਸਰਕਾਰਾਂ ਲਈ ਕੀ ਕੀਤਾ, ਤੁਸੀਂ ਆਪਣੀ ਆਪਣੇ ਅੰਦਰ ਤਾਂ ਝਾਤੀ ਮਾਰ ਕੇ ਵੇਖੋ, ਤੁਸੀਂ ਸਮਾਜ ਲਈ ਕੀ ਕਰ ਰਹੇ ਹੋ ਯਾਰ, ਸਾਡੀ ਸਮਾਜ ਨੂੰ ਕੀ ਦੇਣ ਨੇ? ਜੇ ਅੱਜ ਗ੍ਰੰਥੀ ਸਿੰਘ ਨੂੰ ਪੈਸਿਆਂ ਕਰਕੇ ਕੋਈ ਪਰਮਾਤਮਾ ਨਾ ਕਰੇ ਕੋਈ ਮਿਸ ਹੈਪਨਿੰਗ ਹੋ ਜਾਂਦੀ, ਉਹਦੇ 3 ਜਵਾਕ ਨੇ ਬਾਈ ਜੀ, 3 ਜਵਾਕ ਨੇ ਉਹਦੀ ਪੜ੍ਹਾਈ ਲਿਖਾਈ ਕਿੱਦਾਂ ਕਰੂਗਾ, ਉਹਦੇ ਬੱਚੇ ਵਿਆਹਣੇ ਕਿੱਦਾਂ ਕਰੂਗਾ? ਜੇ ਬਾਈ ਬਾਅਦ 'ਚ ਵਾਹਿਗੁਰੂ ਲਿਖਣ ਨਾਲੋਂ ਬਾਈ ਜਿੰਦੇ ਜੀ ਸਾਰ ਲਓ ਤਾਂ ਸਭ ਤੋਂ ਜ਼ਿਆਦਾ ਵਧੀਆ। ਨਵਦੀਪ ਜੀ, ਅਸੀਂ ਦੇਖਿਆ ਅੱਜ ਕੱਲ੍ਹ ਇਹ ਬੜਾ ਚਲਨ ਚੱਲ ਪਿਆ ਵੀ ਪਿੰਡਾਂ ਵਿੱਚੋਂ ਕਹਿੰਦੇ ਵੀ ਪ੍ਰਵਾਸੀ ਨਹੀਂ ਪਿੰਡਾਂ 'ਚ ਵੜਨਦੇ ਨੇ, ਪ੍ਰਵਾਸੀਆਂ ਨੂੰ ਵਾਪਸ ਭੇਜੋ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਬਾਈ ਮਤੇ ਪਾ ਰਹੇ ਨੇ ਅੱਜ ਕੱਲ੍ਹ, ਮੈਂ ਤਾਂ ਕਹਿੰਦਾ ਬਾਈ ਉਹ ਵੀ ਇੱਕ ਇਨਸਾਨ ਨੇ,
ਪਰ ਉਹਨਾਂ ਮਤੇ ਪਾਉਣ ਨਾਲੋਂ ਬਾਈ ਜਿਹੜੇ ਆਪਣੇ ਇੱਥੋਂ ਦੇ ਰਹਿਣ ਵਾਲੇ ਨਾ ਉਹਨਾਂ ਦੀ ਬਾਂਹ ਫੜਦੀ ਹੈ ਨਾ ਜਿਉਂਦੇ ਜੀ ਆਪਣੇ ਸਮਾਜ ਦਾ ਉਦੋਂ ਤੱਕ ਭਲਾ ਨਹੀਂ ਹੋ ਸਕਦਾ ਜਦੋਂ ਜੇ ਆਪਾਂ ਲੱਤਾਂ ਖਿੱਚਣੀਆਂ ਜ਼ਿਆਦਾ ਐਕਸਪਰਟ ਆਏ ਹਾਂ ਪੰਜਾਬੀ ਜਿਹੜੀ ਵੀ ਪੰਜਾਬੀ ਸ਼ਾਇਦ ਮਨਪਸੰਦ ਖੇਡ ਕਬੱਡੀ ਤਾਂ ਆਦੀ ਆ ਪੰਜਾਬੀ ਹਮੇਸ਼ਾ ਲੱਤਾਂ 'ਚ ਖਿੱਚਣ 'ਚ ਐਕਸਪਰਟ ਹੁੰਦੇ ਨੇ ਆਪਾਂ ਜਿਉਂਦੇ ਜੀ ਉਹਦੀ ਲੱਤਾਂ ਖਿੱਚਣ ਨਾਲੋਂ ਬਾਈ ਉਹਦੀ ਬਾਹਾਂ ਫੜਨੀਆਂ ਸਮਾਜ ਸਟਾਰਟ ਕਰਦੀ ਹੈ ਨਾ ਕੋਈ ਇੱਥੋਂ ਇਲਾਜ ਤੋਂ ਵਾਂਝਾ ਨਾ ਰਹੇ ਕੋਈ ਰੋਟੀ ਤੋਂ ਵਾਂਝਾ ਨਾ ਰਹੇ ਬਾਈ 1990 ਭਾਅ ਜੀ ਜਿਵੇਂ ਦੱਸਿਆ ਭਾਈ ਬਿੰਦਰ ਸਿੰਘ ਨੇ ਵੀ ਡਾਕਟਰ ਨੇ 80,000 ਰੁਪਇਆ ਮੰਗਿਆ ਸੀ ਹਜੇ ਕਿ ਇਹਨਾਂ ਦਾ ਕਾਰਡ ਬਣਿਆ ਸੀ 5 ਲੱਖ ਵਾਲਾ ਉਹ ਕਾਰਡ ਦੀ ਵਰਤੋਂ ਕਰਨੀ ਸੀ ਡਾਕਟਰ ਨੇ ਉਹ 'ਚੋਂ ਪੈਸੇ ਕੱਢ ਲੈਣੇ ਸੀ 80,000 ਹੱਥੋਂ ਮੰਗ ਲਿਆ ਐਡਾ ਕਿਹੜਾ ਮਹਿੰਗਾ ਇਲਾਜ ਸੀ ਜਿਹੜਾ ਡਾਕਟਰ 5 ਲੱਖ ਦੇ ਇਲਾਜ 'ਚੋਂ ਨਹੀਂ ਪੂਰਾ ਹੋ ਸਕਿਆ ਫਿਰ ਤੁਹਾਡੇ ਨਾਲ ਰਾਬਤਾ ਹੋਇਆ ਫਿਰ ਤੁਸੀਂ ਕਿਸ ਤਰ੍ਹਾਂ ਇਲਾਜ ਕਰਾਇਆ ਇਹਨਾਂ ਦਾ ਬਾਈ ਜੀ ਇਹਨਾਂ ਦਾ ਚੂਲਾ ਖਰਾਬ ਸੀਗਾ ਜਦੋਂ ਸਾਨੂੰ ਆਏ ਨੇ ਕਹਿੰਦੇ ਜੀ ਫਲਾਣੇ ਹਸਪਤਾਲ 'ਚ ਇਲਾਜ ਕਰਵਾਉਣਾ ਬਾਈ ਜਿੱਥੋਂ ਪਰਿਵਾਰ ਡਿਮਾਂਡ ਰੱਖੇ ਉਹਦੇ ਵਾਸਤੇ ਸਾਡੇ ਵਾਸਤੇ ਵੀ ਬੜੀ ਮੁਸ਼ਕਿਲ ਹੋ ਜਾਂਦੀ ਆ ਕਿ ਉੱਥੇ ਇਲਾਜ ਕਰਵਾਉਣਾ ਆਪਾਂ ਜਿਹੜਾ ਪੇਸ਼ੈਂਟ ਸਾਡੇ ਕਹਿਣ 'ਤੇ ਚੱਲ ਪੈਣਾ ਬਾਈ ਭਾਵੇਂ ਘਰੋਂ ਪੈਸੇ ਚੱਕ ਕੇ ਲਿਆਉਣੇ ਪੈਣ ਜਿੱਦਾਂ ਮਰਜ਼ੀ ਕਰਨੇ ਪੈਣ ਉਹਦਾ ਇਲਾਜ ਤੋਂ ਨਹੀਂ ਰਹਿਣ ਦੇਵਾਂਗੇ ਜਦੋਂ ਬਾਈ ਜੀ ਨੇ ਪ੍ਰਾਈਵੇਟ ਹਸਪਤਾਲ ਦਾ ਨਾਂ 'ਤੇ ਨਹੀਂ ਲੈਣਾ ਚਾਹੀਦਾ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਵੀ 70-80,000 ਰੁਪਈਆ ਉਹਨਾਂ ਨੇ ਮੰਗ ਲਿਆ ਬਾਈ ਕਾਰਡ ਚਲਾਉਣ ਦੇ ਬਾਵਜੂਦ ਬਾਈ ਇਹਨਾਂ ਦੇ ਰੁਪਈਏ ਮੈਂ ਸਿਰਫ 1 ਰੁਪਈਆ ਨਹੀਂ ਲੱਗਾ ਬਾਈ ਸਾਰਾ ਇਲਾਜ ਕਾਰਡ 'ਤੇ ਫ੍ਰੀ ਹੋਇਆ ਵਾ ਇਹਨਾਂ ਨੂੰ ਲੋਕਾਂ ਨੂੰ ਸਿਰਫ ਨੌਲੇਜ ਦੀ ਕਮੀ ਆ ਇਹਨਾਂ ਨੂੰ ਨਹੀਂ ਪਤਾ ਕਿ ਉਹ ਕਹਿੰਦਾ ਮੈਂ ਕਾਰਡ ਚਲਾਵਾਂਗਾ ਪਰ ਨਾ 70,000 ਰੁਪਇਆ ਲੱਗੂਗਾ ਯਾਰ ਹੁਣ ਕਾਰਡ ਦੇ ਵੀ ਉਹਨੇ ਪੈਸੇ ਲੈ ਲੈਣੇ 70,000 ਰੁਪਈਆ ਲੈ ਲੈਣਾ ਤੈਨੂੰ ਸ਼ਰਮ ਨਹੀਂ ਆਉਂਦੀ ਯਾਰ ਤੈਨੂੰ ਡਾਕਟਰ ਕਿੰਨੇ ਬਣਾਤਾ ਸਹੀ ਡਾਕਟਰ ਉਹੀ ਜਿਹੜਾ ਇਨਸਾਨੀਅਤ ਨੂੰ ਸਮਝੇ ਇਨਸਾਨੀਅਤ ਦਾ ਭਲਾ ਕਰਦੇ ਕਰਦੇ ਬਾਈ ਤੁਸੀਂ ਮੈਂ ਆਪਣੇ ਬੱਚਿਆਂ ਨੂੰ ਕਿਹੜਾ ਇਹ ਗੰਦ ਖਵਾ ਰਿਹਾ ਯਾਰ ਲੋਕਾਂ ਜਿਹੜੇ ਲੋੜਵੰਦ ਪਰਿਵਾਰ ਉਹਨੂੰ ਤਾਂ ਬਖਸ਼ ਦਿਆ ਕਰੋ ਕਾਫੀ ਇੱਦਾਂ ਦੇ ਪਰਿਵਾਰ ਨੇ ਜਿੰਨਾ ਤੁਸੀਂ ਖੂਨ ਨਿਚੋੜ ਦਿੰਦੇ ਹੋ ਲੱਤ ਬਾਂਹ ਟੁੱਟੀ ਹੋਵੇ ਬਾਈ ਪ੍ਰਾਈਵੇਟ ਹਸਪਤਾਲ 'ਚ ਉਹ 10-15,000 ਦਾ ਓਪਰੇਸ਼ਨ ਹੋ ਜਾਂਦਾ ਤੁਸੀਂ ਲੱਤ ਬਾਂਹ ਟੁੱਟੀ ਤਾਂ 1.5-2 ਲੱਖ ਰੁਪਇਆ ਬਿੱਲ ਬਣਾ ਦਿੰਦੇ ਆ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਕਿਹੜਾ ਹੀਰਾ ਪਾ ਦਿੰਦੇ 1.5-2 ਲੱਖ ਰੁਪਏ 'ਚ ਬਾਈ 1990 ਭਾਅ ਜੀ ਜਿਵੇਂ ਮੈਂ ਗੱਲ ਕੀਤੀ ਵੀ ਡਾਕਟਰ ਨੂੰ ਰੱਬ ਕਹਿੰਦੇ ਰੱਬ ਦਾ ਰੂਪ ਕਹਿ ਦਿੰਦਾ ਸੀ ਕਹਿੰਦੇ ਕਿਸੇ ਜਾਮ 'ਚ ਆਉਂਦੇ ਸੀ ਅਤੇ ਲੋਕ ਅਸੀਂ ਦੇਖਿਆ ਪਰਿਵਾਰਕ ਮੈਂਬਰਾਂ ਵਾਸਤੇ ਡਾਕਟਰ ਰੱਬ ਦਾ ਰੂਪ ਹੁੰਦਾ ਸੀ ਪਰ ਅੱਜ ਕੱਲ੍ਹ ਦੇ ਹਾਲਾਤ ਕਿਸ ਤਰ੍ਹਾਂ ਹੋਗੇ ਡਾਕਟਰਾਂ ਨੂੰ ਕਿਸ ਤਰ੍ਹਾਂ ਬਾਈ ਜੀ ਅੱਜ ਕੱਲ੍ਹ ਡਾਕਟਰ ਨੂੰ ਜਲਾਦ ਦਾ ਰੂਪ ਕਿਹਾ ਜਾਂਦਾ ਜਲਾਦ ਹੀ ਕਹੋਗੇ ਸਾਰੇ ਡਾਕਟਰ ਮਾੜੇ ਨਹੀਂ ਆ ਕੁਝ ਚੁਣਿੰਦੇ ਡਾਕਟਰ ਇੱਦਾਂ ਦੇ ਹੈਗੇ ਨੇ ਜਿਹੜੇ ਪੇਸ਼ੈਂਟ ਨੂੰ ਮਿਚਕ ਦਿੰਦੇ ਨੇ ਨਿਚੋੜ ਦਿੰਦੇ ਅਗਲੇ ਨਹੀਂ ਐਂ ਨਹੀਂ ਵੇਖਦੇ ਕਿ ਅਗਲਾ ਯਾਰ 400-500 ਰੁਪਏ ਦਿਹਾੜੀ ਕਮਾਉਂਦਾ ਵਾ 400-500 ਤੈਨੂੰ ਕਿੱਥੋਂ ਦੇ ਦੂਗਾ ਯਾਰ ਅੱਜ ਕੱਲ੍ਹ ਪਰਿਵਾਰ ਦੀ ਸੇਵਿੰਗ ਕਿੰਨੀ ਆ 40-50,000 ਬਾਈ ਜੀ ਸੇਵਿੰਗ ਹੋਣੀ ਆ ਜੇ ਇਲਾਜ ਪਰਮਾਤਮਾ ਨਾ ਕਰੇ ਕਿਸੇ ਦੀ ਮਿਸਹੈਪਨਿੰਗ ਹੁੰਦੀ ਨਾ ਲੱਖਾਂ ਰੁਪਏ ਡਾਕਟਰ ਮੰਗ ਲੈਂਦਾ ਉਹਨੂੰ ਮਜਬੂਰਨ 'ਚ ਕੀ ਕਰਨਾ ਪੈਂਦਾ ਆਪਣੇ ਘਰ ਦੀ ਕੋਈ ਚੀਜ਼ ਵੇਚਣੀ ਪੈਂਦੀ ਆ ਜਿਹਦੇ ਕੋਲ ਹੈਗੀ ਵੇਚ ਲੂਗਾ ਹੁਣ ਕਿ ਜਿਹੜੇ ਕੋਲ ਕਈਆਂ ਦੇ ਇੱਦਾਂ ਦੇ ਪਰਿਵਾਰ ਜਿਹਨਾਂ ਕੋਲ ਜਿਹੜਾ ਛੱਤ ਵੀ ਨਹੀਂ ਸਿਰ ਦੇ ਉੱਤੇ ਹੈਗੀ ਉਹ ਕਿੱਦਾਂ ਕਰਨਗੇ ਬੜਾ ਔਖਾ ਹੋ ਜਾਂਦਾ ਬਾਈ ਜੀ ਜੀ ਮੈਨੂੰ ਇਸ ਵੀ ਸੁਨੇਹਾ ਕੀ ਦੇਣਾ ਚਾਹੋਗੇ ਸਾਡੀ ਸਿੱਖ ਸੰਸਥਾ ਨੂੰ ਸਿੱਖ ਵੀਰਾਂ ਨੂੰ ਅਸੀਂ ਦੇਖਦੇ ਵੀ ਕਹਿੰਦੇ ਮਹਿੰਗਾਈ ਹੋ ਗਈ ਆ ਮਹਿੰਗਾਈ ਦਾ ਜ਼ਮਾਨਾ ਵਾ ਕਹਿੰਦੇ ਕਹਿੰਦੇ ਮਿਸਤਰੀ ਦਿਹਾੜੀ 700 ਰੁਪਇਆ ਹੋ ਗਈ ਆ ਅਤੇ ਮਜ਼ਦੂਰ ਦੀ ਦਿਹਾੜੀ 600 ਰੁਪਇਆ ਹੋ ਗਈ ਆ ਪਰ ਜਿਹੜਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਬਾਣੀ ਪੜ੍ਹ ਰਿਹਾ ਜਿਹੜਾ ਗੁਰੂ ਦਾ ਵਜ਼ੀਰ ਜਿਹਨੂੰ ਕਹਿੰਦੇ ਨੇ ਪਾਠੀ ਸਿੰਘ ਨੂੰ ਉਹਦੇ ਵਾਸਤੇ ਮਹਿੰਗਾਈ ਕੋਈ ਨਹੀਂ ਹੋਈ ਉਹ ਅੱਜ ਵੀ 3-4,000 ਰੁਪਇਆ ਲੈ ਰਿਹਾ ਅੱਜ ਵੀ ਉਹਦੀ 150-125 ਰੁਪਏ ਦਿਹਾੜੀ ਆ ਕੀ ਲੱਗਦਾ ਨਹੀਂ ਆ ਵੀ ਇਹਦੇ ਵਾਸਤੇ ਮਹਿੰਗਾਈ ਹੋਣੀ ਚਾਹੀਦੀ ਆ ਬਾਈ ਜੀ ਇਹ ਤਾਂ ਸਭ ਤੋਂ ਪਹਿਲਾਂ ਕਮੇਟੀਆਂ ਨੂੰ ਚਾਹੀਦਾ ਕਿ ਇੱਦਾਂ ਸਾਡੇ ਆਪਣੇ ਗੁਰਸਿੱਖ ਬੰਦਿਆਂ ਦੀ ਬਾਂਹ ਫੜੇ ਜਦੋਂ ਮੇਰਾ ਹਾਂ ਸ਼ਰਮਨਾਕ ਦੇ ਕਰਤੂਤ ਹੈ ਜਦੋਂ ਮੈਂ ਕਮੇਟੀ ਕੋ ਗਿਆ ਕਹਿੰਦੇ ਆਪਾਂ ਸ਼ਾਇਦ ਆਪਣੇ ਨਾ ਸਾਡੇ ਕੋਲ ਇਲਾਜ ਵਾਸਤੇ ਫੰਡ ਨਹੀਂ ਹੈ ਬਾਈ ਇਹ ਸ਼ਰਮ ਆਉਣੀ ਚਾਹੀਦੀ ਕਮੇਟੀਆਂ ਨੂੰ ਵੀ ਬਾਈ ਕਿੱਦਾਂ ਦੇ ਹਾਲਾਤਾਂ 'ਚ ਪਰਿਵਾਰ ਨਿਕਲਦਾ ਹੁਣ ਪਰਮਾਤਮਾ ਨਾ ਕਰੇ ਦੂਜੇ ਧਰਮ 'ਚ ਚੱਲ ਜਾਂਦੇ ਨੇ ਉਹ ਅਗਲੇ ਨੇ 1-1.5 ਲੱਖ ਰੁਪਈਆ ਵੀ ਤੁਹਾਨੂੰ ਹੱਥੋਂ ਵੀ ਦੇ ਦੇਣਾ ਅਗਲੇ ਤੁਹਾਨੂੰ ਮਕਾਨ ਵੀ ਬਣਾ ਕੇ ਦਿੰਦੇ ਨੇ ਜੇ ਅੱਜ ਇਹ ਦੂਜੇ ਧਰਮ 'ਚ ਚੱਲ ਜਾਂਦਾ ਬਾਈ ਤੁਸੀਂ 70 ਦੇ ਨਾ ਵੀਡੀਓ ਥੱਲੇ ਗਾਲਾਂ ਕੱਢਣੀਆਂ ਸੀਗੇ ਕਿ ਯਾਰ ਆਪਣੇ ਸਿੱਖ ਸਰੂਪ ਨਹੀਂ ਸਾਂਭ ਪਾਇਆ ਹੁਣ ਅਸੀਂ ਉਹਨੇ ਕਿੰਨੀ ਕੁ ਬਾਂਹ ਫੜ ਲਈ ਯਾਰ ਬੜੀ ਮਾੜੀ ਗੱਲ ਆ ਸ਼ਰਮ ਆਉਣੀ ਚਾਹੀਦੀ ਕਮੇਟੀਆਂ ਨੂੰ ਵੀ ਸਿਰਫ ਆਪਾਂ ਉਹਨਾਂ ਨੇ ਨਾ ਇੱਕ ਧੰਦਾ ਬਣਾ ਰੱਖਿਆ ਲੱਖਾਂ ਰੁਪਏ ਚੜਾ ਦੇ ਸਕਦੇ ਹਾਂ ਬਾਈ ਜੀ ਆਪਾਂ ਅੱਜ ਦੀ ਡੇਟ 'ਚ ਮੈਨੂੰ 5 ਲੱਖ ਜੇਬ 'ਚ ਮੈਂ 5 ਲੱਖ ਗੁੱਲਕ 'ਚ ਪਾ ਤੇ ਦੇਵਾਂਗਾ ਜੇ ਤੋਂ ਮੈਂ 10 ਰੁਪਏ ਕੱਢ ਲਾਂ ਬਾਈ ਧੌਣ ਲਾਉਣ ਤੱਕ ਜਾਣਗੇ ਮੇਰੀ ਦਿੱਲੀ ਵੀ ਕਿਸ ਤਰ੍ਹਾਂ ਦੇ ਦਿਓ ਮੈਂ ਪਿਛਲੇ ਦਿਨ ਸਟੋਰੀ ਲਾਈ ਸੀ ਤਰਨਤਾਰਨ ਤੋਂ ਉੱਥੇ ਵੀ ਇੱਕ ਜਿਹੜਾ ਕਿ ਗੱਤਕੇ ਦੇ ਮਾਸਟਰ ਸੀ ਗੱਤਕੇ ਦੇ ਜਿਹੜੇ ਕਿ ਪਲੇਅਰ ਸੀ ਵੱਡੇ ਉਹਨਾਂ ਦੀ ਵੀ ਸੱਟ ਲੱਗੀ ਉਹ ਵੀ ਬਿਮਾਰ ਹੋ ਗਏ ਸੀ ਉਹਨਾਂ ਵੀ ਕਿਸੇ ਨੇ ਸਾਰ ਨਹੀਂ ਲਈ ਸੀ ਕਿ ਸੰਸਥਾ ਨੇ ਆ ਕੇ ਅਤੇ ਉਹਨਾਂ ਨੇ ਕਿਹਾ ਸੀ ਸਾਡੀ ਵੀਡੀਓ 'ਚ ਵੀ ਯਾਰ ਜਿਵੇਂ ਤੁਸੀਂ ਗੱਲ ਕੀਤੀ ਵੀ ਲੋਕ ਫਿਰ ਧਰਮ ਪਰਿਵਰਤਨ ਨਾ ਕਰਨ ਜਾਂ ਹੋਰ ਧਰਮ 'ਤੇ ਨਾ ਜਾਣ ਕੀ ਕਰਨ ਫਿਰ ਮਰਦਾ ਬੰਦਾ ਕੀ ਨਹੀਂ ਕਰਦਾ ਜਿਵੇਂ ਗੱਲ ਕਰਦੇ ਆ
ਉਹਨਾਂ ਨੇ ਗੱਲ ਸਾਨੂੰ ਗੱਲ ਸੁਣਾਈ ਸੀ ਡੇਰਾ ਬਿਆਸ ਦੀ। ਕਹਿੰਦੇ ਵੀ ਡੇਰਾ ਬਿਆਸ ਦੇ ਨੇੜੇ ਨੇੜੇ ਕਹਿੰਦੇ 25 ਕਿਲੋਮੀਟਰ ਤੱਕ ਜਿਹੜਾ ਪਿੰਡ ਹੈਗੇ ਆ ਉਹਨਾਂ ਦਾ ਇਲਾਜ ਫ੍ਰੀ ਕਰਦੇ ਨੇ। ਕਹਿੰਦੇ ਫਿਰ ਉਹ ਤੁਹਾਡੇ ਨਾਲ ਉਹ ਚੰਗੇ ਹੋਏ, ਭਾਵੇਂ ਅਸੀਂ ਲੋਕ ਦੇਖਿਆ ਬਹੁਤ ਨਿੰਦਦੇ ਆ ਡੇਰਾਬਾਦਿਆਂ ਨੂੰ ਵੀ ਡੇਰਾਬਾਦ ਆ, ਰਾਧਾ ਸੁਆਮੀ ਹੈ, ਫਲਾਣ ਹੈ, ਠੀਕ ਆ, ਪਰ ਕਹਿੰਦੇ ਜਿੱਥੇ ਚੰਗਿਆਈ ਦੀ ਗੱਲ ਹੋਣੀ ਆ ਚੰਗਿਆਈ ਵੀ ਕਰਨੀ ਚਾਹੀਦੀ ਆ, ਹਰ ਟਾਈਮ ਬੁਰਾਈ ਨਹੀਂ ਕਰਨੀ ਚਾਹੀਦੀ। ਬਾਈ ਅਸੀਂ ਮੈਂ ਵੀ ਬੇਸਿਕਲੀ ਮੈਂ ਵੀ ਰਾਧਾ ਸੁਆਮੀ ਹਾਂ, ਕਹਿਣਾ ਨਹੀਂ ਚਾਹੀਦਾ। ਅਤੇ ਬਾਈ ਉੱਥੇ ਜਾ ਕੇ ਮੈਂ 18-20 ਕਿਲੋਮੀਟਰ ਉਹਨਾਂ ਨੇ ਦਾਰਾ ਰੱਖਿਆ ਕਿ ਜਿਹੜਾ ਮਰਜ਼ੀ 18-20 ਕਿਲੋਮੀਟਰ ਦੇ ਦਾਰੇ 'ਤੇ ਕੋਈ ਵੀ ਜਿਵੇਂ ਕੰਸਰਵੇਟਿਵ ਟ੍ਰੀਟਮੈਂਟ ਜਿਵੇਂ ਕਹਿ ਦਿੰਦੇ ਹਾਂ ਆਪਾਂ, ਹਾਇਰ ਐਂਟਰੀ ਹੈਗੇ ਨਹੀਂ ਉੱਥੇ ਸੈਂਟਰ, ਕੰਸਰਵੇਟਿਵ ਟ੍ਰੀਟਮੈਂਟ ਜਿਹਨੂੰ ਟੱਟੀਆਂ ਉਲਟੀਆਂ ਬੁਖਾਰ ਕੋਈ ਵੀ ਛੋਟਾ ਮੋਟਾ ਓਪਰੇਸ਼ਨ ਹੋਣਾ ਉੱਥੇ ਫ੍ਰੀ ਕੀਤਾ ਜਾਂਦਾ। ਆਪਾਂ ਗੁਰੂਆਂ ਦੇ ਨਾਂ 'ਤੇ ਹਸਪਤਾਲ ਬਣਾਈ ਫਿਰਦੇ, ਚੈਰਿਟੀ ਨਾਮ ਰੱਖਿਆ ਪਿਆ, ਚੈਰਿਟੀ ਦੀ ਜਗ੍ਹਾ ਬਾਈ ਤੁਸੀਂ ਚੋਰ ਰੱਖ ਲਓ ਨਾ ਨਾਮ, ਸਗੋਂ ਜ਼ਿਆਦਾ ਫੱਬੇਗਾ। ਚੈਰਿਟੀ ਦੇ ਨਾਂ 'ਤੇ ਬਾਈ ਤੁਸੀਂ ਚੈਰਿਟੀ ਕਹਿੰਦੇ ਕਿਹਨੂੰ, ਚੈਰਿਟੀ ਸਿਰਫ ਨਾਮ ਦਾ ਵਰਤਿਆ ਜਾਂਦਾ। ਚੈਰਿਟੀ ਦਾ ਮਤਲਬ ਹੁੰਦਾ ਕਿ ਜਿਹੜੇ ਪੈਸੇ ਦੇ ਲੱਗਣਗੇ ਸਿਰਫ ਸੰਸਥਾਵਾਂ ਹੀ ਲਾਉਣਗੀਆਂ। ਪਰਿਵਾਰ ਬਾਈ ਜੀ 3.5-4 ਲੱਖ ਰੁਪਇਆ ਲਾ ਦਿੱਤਾ ਉਸ ਦਿਨ, ਮੈਂ ਵੀ ਥੋੜ੍ਹੇ ਦਿਨ ਪਹਿਲਾਂ ਹਸਪਤਾਲ ਗਿਆ ਹਾਂ ਬਾਈ, 3.5 ਲੱਖ ਪਰਿਵਾਰ ਨੇ ਲਾ ਦਿੱਤਾ, 18,000 ਰੁਪਏ ਮਗਰ ਛੁੱਟੀ ਰੋਕੇ ਬਹਿ ਗਏ ਬਾਈ, 18,000 ਰੁਪਏ ਅਗਲੇ ਕਹਿੰਦੇ ਤੁਸੀਂ ਇੱਥੋਂ ਬਾਹਰ ਨਿਕਲ ਕੇ ਵਹਾਓ ਬਾਈ। ਇਹ ਹਾਲਾਤ ਨੇ ਸਾਡੇ ਸਿੱਖ ਜਿਹੜੇ ਗੁਰੂਆਂ ਦੇ ਨਾਂ 'ਤੇ ਹਸਪਤਾਲ ਬਣਾਈ ਫਿਰਦੇ ਨੇ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਨੌਜਵਾਨ ਨਵਦੀਪ ਸਿੰਘ ਅਨਮੋਲ ਕਵਾਤਾ ਟੀਮ ਦਾ ਮੈਂਬਰ ਆ, ਪਰ ਮੈਂ ਸ਼ਾਬਾਸ਼ ਦਿੰਦਾ ਇਸ ਨੌਜਵਾਨ ਨੂੰ, ਗੁਰੂ ਦੇਵ ਜੀ ਦੀ ਬਾਂਹ ਫੜੀ ਆ। ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਹਾਂ, NGO ਨੂੰ ਚੰਗਾ ਮਾੜਾ ਕਹਿੰਦੇ ਹਾਂ ਵੀ ਇਹ ਚੋਰ ਆ, ਇਹ ਪੈਸੇ ਖਾਂਦੇ ਨੇ, ਇਸ ਤਰ੍ਹਾਂ ਦੇ ਬੜੇ ਇਲਜ਼ਾਮ ਲਾਉਂਦੇ ਨੇ, ਪਰ ਅੱਜ ਕਿਸੇ ਨੇ ਸਾਰ ਨਹੀਂ ਲਈ ਆ ਕੇ। ਅੱਜ ਫਿਰ ਵੀ NGO ਹੀ ਕੰਮ ਆਈ, ਅਨਮੋਲ ਕਵਾਤਾ ਟੀਮ ਹੀ ਕੰਮ ਆਈ, ਨਵਦੀਪ ਬਾਈ ਹੀ ਕੰਮ ਆਇਆ, ਜਿਹੜਾ ਕਿ ਵਧਾਈ ਦਾ ਪਾਤਰ ਵੀ ਆ ਮੈਂ ਕਹਿੰਦਾ। ਇਸ ਕਰਕੇ ਸਾਡੀ ਸਿੱਖਾਂ ਨੂੰ ਅਪੀਲ ਆ ਵੀ ਭਾਈ ਜੇਕਰ ਆਪਣਾ ਸਿੱਖੀ ਦਾ ਪ੍ਰਚਾਰ ਕਰਦੇ ਹੋ, ਸਿੱਖਿਆਂ ਨੂੰ ਸਾਂਭਣਾ ਜੇ ਗੁਰੂਦੇਵ ਜੀ ਉਹਨਾਂ ਨੂੰ ਸਾਂਭਣਾ ਜੇ, ਅਤੇ ਭਾਈ ਉਹਨਾਂ ਦੀ ਬਾਂਹ ਫੜ ਲਓ, ਉਹਨਾਂ ਦੀ ਸਾਰ ਲਿਆ ਕਰੋ। ਮੈਂ ਜਿਵੇਂ ਗੱਲ ਕੀਤੀ ਵੀ ਸਾਰਿਆਂ ਦਾ ਪਤਾ ਵੱਧ ਗਿਆ, ਸਾਰਿਆਂ ਵਾਸਤੇ ਮਹਿੰਗਾਈ ਹੋ ਗਈ, ਇਹਨਾਂ ਵਾਸਤੇ ਮਹਿੰਗਾਈ ਨਹੀਂ ਆ, ਇਹਨਾਂ ਦਾ ਪਰਿਵਾਰ ਨਹੀਂ ਆ, 5 ਜੀਅ ਖਾਣ ਵਾਲੇ ਨੇ ਅਤੇ 4,000 ਰੁਪਇਆ ਤਨਖਾਹ ਆ। ਧੀਆਂ ਜਵਾਨ ਨੇ, ਬਾਥਰੂਮ ਦਰਵਾਜ਼ੇ ਤੱਕ ਨਹੀਂ ਲੱਗੇ, ਪੜ੍ਹ ਕੇ ਧੀਆਂ ਦੇ ਵਿਆਹ ਵੀ ਕਰਨੇ ਨੇ, ਆਨੰਦ ਕਾਰਜ ਵੀ ਕਰਨੇ ਨੇ, ਕੀ ਦੱਸੂਗਾ ਵੀ ਸਾਰੀ ਉਮਰ ਗੁਰੂ ਦੀ ਸੇਵਾ ਹੀ ਕਰਦਾ ਰਿਹਾ, ਪਾਠ ਹੀ ਕਰਦਾ ਰਿਹਾ, ਪੈਸਾ ਧੇਲਾ ਨਹੀਂ ਕੋਲ ਹੈਗਾ। ਇਸ ਕਰਕੇ ਸਾਡੀ ਹੱਥ ਜੋੜ ਕੇ ਅਪੀਲ ਆ ਸਿੱਖ ਸੰਸਥਾਵਾਂ ਨੂੰ, ਪਾਠ ਸਿੰਘ ਵਾਲੇ ਵੀ ਭਾਈ ਸਾਰ ਦਿਓ, ਇਹਨਾਂ ਦਾ ਵੀ ਜੋ ਬਣਦਾ ਮਾਨ ਸਨਮਾਨ ਜ਼ਰੂਰ ਦਿਆ ਕਰੋ। ਜਿਵੇਂ ਕਿ ਭਾਈ ਬਲਵਿੰਦਰ ਸਿੰਘ ਵਰਗੇ ਪਤਾ ਨਹੀਂ ਕਿੰਨੇ ਕੁ ਪਾਠ ਸਿੰਘ ਜਿਹੜੇ ਕਿ ਮਾੜੇ ਹਾਲਾਤਾਂ 'ਚ ਲੰਘ ਰਹੇ ਨੇ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।